ਹੁਣ ਜੀਰੋ ਰਿਪੋਰਟ ਲੈਣਾ ਸੀ, ਉਸ ਵੇਲੇ ਪਹੁੰਚੇ ਹਾਂ ਜਦੋਂ ਕਿਸਾਨਾਂ ਨੇ ਅਤੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਕਿ ਅਸੀਂ ਸਿਰਫ ਉਹਨੇ ਬਾਰਡਰ 'ਤੇ ਹੀ ਬੈਠਾਂਗੇ ਅਤੇ ਸ਼ੁਭਕਰਨ ਸਿੰਘ ਦੇ ਭੋਗ 'ਤੇ ਅਗਲੇ ਪ੍ਰੋਗਰਾਮ ਨੂੰ ਅਨਾਊਂਸ ਕੀਤਾ ਜਾਏਗਾ। ਮਤਲਬ ਓਨੀ ਲੰਬਾ ਪ੍ਰੋਗਰਾਮ ਹੁਣ ਪੈਂਡਿੰਗ ਪੈ ਗਿਆ ਅਤੇ ਅਸੀਂ ਸੋਚਿਆ ਕਿ ਆਓ ਗਰਾਊਂਡ 'ਤੇ ਜਿਹੜਾ ਕਿਸਾਨ ਬੈਠਾ ਉਸਦੇ ਜਜ਼ਬਾਤਾਂ ਨੂੰ ਟੁੰਬੀਏ, ਉਹਦੀਆਂ ਹਾਲਾਤਾਂ ਨੂੰ ਦੇਖੀਏ, ਵਾਚੀਏ ਕਿ ਉਹ ਕੀ ਹੈ। ਤੁਰਦੇ ਹੋਏ ਅਸੀਂ ਕਿਸਾਨ ਜਥੇਬੰਦੀ ਦੇ ਕੁਛ ਨੌਜਵਾਨਾਂ ਅਤੇ ਬਜ਼ੁਰਗਾਂ ਨਾਲ ਗੱਲ ਕੀਤੀ। ਮੇਰਾ ਪ੍ਰਸ਼ਨ ਸੀ, ਸਾਡਾ ਹੋਇਆ ਵੀ ਜਿਹੜਾ ਸਾਡੀਆਂ ਮੰਗਾਂ ਵਾ ਉਹ ਮੰਨ ਕੇ ਸਾਡੀ ਐੱਮ ਐੱਸ ਪੀ ਜਿੱਦਾਂ ਹੋਰ ਸਾਡੇ ਜਿਹੜੇ ਕਰਜ਼ੇ ਮਾਫੀ ਦੇ ਹੋਰ ਜਿਹੜੇ ਵੀ ਸਾਡੇ ਆਪਣੇ ਜਿਹੜੇ ਅਸੀਂ ਮੰਗਦੇ ਦਾ ਡਿਮਾਂਡ ਸਾਡੇ ਸਾਰਿਆਂ ਦਾ ਹੱਲ ਕਰਨ, ਅਤੇ ਜੇ ਹੱਲ ਨਾ ਹੋਏ ਫਿਰ ਕਰਨਗੇ ਮਿਹਰਬਾਨੀ। ਕਿਸਾਨਾਂ ਦੀਆਂ ਭਾਵਨਾਵਾਂ ਬਿਲਕੁਲ ਸਪਸ਼ਟ ਜੇ, ਡਟੇ ਆ ਡਟੇ ਰਹਾਂਗੇ ਜਦ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਹੁਣ ਇਹ ਦੇਖਣਾ ਕਿ ਕਿਤੇ ਕਿਸਾਨਾਂ ਨਾਲ ਉਹ ਦਿੱਲੀ ਵਾਲਾ ਭਾਣਾ ਫੇਰ ਨਾ ਵਰਤ ਜਾਏ। ਦਿੱਲੀ 'ਚ ਕੀ ਵਰਤਿਆ, ਹੁਣੇ 2 ਸਾਲ ਪੁਰਾਣੀਆਂ ਹੀ ਗੱਲ ਹੈ, ਜ਼ਿਆਦਾ ਲੰਬੀ ਗੱਲ ਨਹੀਂ ਹੈ। ਦਿੱਲੀ ਦਾ ਜਿਹੜਾ ਅੰਦੋਲਨ ਅਤੇ ਅੱਜ ਦਾ ਜਿਹੜਾ ਅੰਦੋਲਨ ਹੁਣ ਮੈਂ ਦੇਖ ਰਿਹਾ, ਇਸ 'ਚ ਮੈਨੂੰ ਜ਼ਮੀਨ ਅਸਮਾਨ ਦਾ ਫਰਕ ਦਿਖ ਰਿਹਾ। ਪਰ ਉਦੋਂ ਵਾਪਰਿਆ ਕੀ ਕਿ ਕਿਸਾਨ ਆਗੂਆਂ ਨੇ ਵਿੱਚ ਵਿਚਾਲੇ ਮੰਗਾਂ ਪੂਰੀਆਂ ਨਾ ਹੋਣ ਦੇ ਬਾਵਜੂਦ ਵੀ ਅੰਦੋਲਨ ਦਾ ਫਤਿਹ ਮਾਰਚ ਕੱਢ ਦਿੱਤਾ। ਮੈਨੂੰ ਲੱਗਦਾ ਐਤਕੀ ਇੰਜ ਨਹੀਂ ਹੋਏਗਾ, ਆਹ ਸੀ ਕੀਤੀ ਜਾ ਸਕਦੀ ਹੈ। ਉਦੋਂ ਵੀ ਮੈਂ ਵੀਡੀਓ ਬਣਾਈਆਂ ਸੀ ਅਤੇ ਕਿਸਾਨ ਮੇਰੇ ਨਾਲ ਨਾਰਾਜ਼ ਹੋਏ ਸੀ ਕਿਉਂਕਿ ਸੱਚ ਸੁਣਨਾ ਅਤੇ ਸੱਚ ਨੂੰ ਹਜ਼ਮ ਕਰਨਾ ਬੜਾ ਔਖਾ ਹੁੰਦਾ। ਮੈਂ ਦੱਸਿਆ ਸੀ ਕਿ ਜਿਹੜੇ 3 ਬਿੱਲ ਤੁਸੀਂ ਵਾਪਸ ਕਰਾ ਰਹੇ ਹੋ ਵਾਪਸ ਹੋ ਜਾਣਗੇ, ਉਹਨਾਂ ਦੇ ਨਾਲ ਨਾਲ ਹੀ ਉਸੇ ਵੇਲੇ ਹੀ ਪਾਰਲਾਮੈਂਟਰੀ 'ਚ ਉਹਨਾਂ ਨੂੰ ਬਦਲ ਕੇ ਹੋਰ 3 ਦੀ ਥਾਂ 'ਤੇ 5 ਬਿੱਲ ਬਣਾ ਦਿੱਤੇ ਗਏ ਸਨ। ਉਹਨਾਂ ਦੀ ਕਦੇ ਵੀ ਉਸ ਵੇਲੇ ਕਿਸਾਨ ਆਗੂਆਂ ਨੇ ਕਮੇਟੀ ਨਾਲ ਮੀਟਿੰਗ 'ਚ ਚਰਚਾ ਨਹੀਂ ਸੀ ਕੀਤੀ। ਚਲੋ, ਦਿੱਲੀ ਔਰ ਹੁਣ ਦੇ ਕਿਸਾਨ ਮੋਰਚੇ 'ਚ ਜਿਹੜਾ ਸਭ ਤੋਂ ਵੱਡਾ ਫਰਕ ਮੈਂ ਦੇਖ ਰਿਹਾ, ਦਿੱਲੀ ਵਾਲਾ ਕਿਸਾਨ ਮੋਰਚਾ ਫੁਰਕਾ ਪ੍ਰਸਤੀ ਦਾ ਸ਼ਿਕਾਰ ਹੋ ਗਿਆ ਸੀ। ਫਿਰਕਾ ਪ੍ਰਸਤੀ ਨਹੀਂ, ਫੁਕਰੇਪਨ ਦਾ ਸ਼ਿਕਾਰ ਹੋ ਗਿਆ ਸੀ, ਦਿਖਾਵੇ ਦਾ ਸ਼ਿਕਾਰ ਹੋ ਗਿਆ ਸੀ, ਅਤੇ ਉਸਨੇ ਕੋਈ ਚੰਗੀ ਇਮੇਜ ਨਹੀਂ ਸੀ ਪ੍ਰਗਟ ਕੀਤੀ। ਅਤੇ ਜਿਸ ਵੇਲੇ ਅੱਜ ਮੈਂ ਸ਼ੰਭੂ ਬਾਰਡਰ 'ਤੇ ਤੁਹਾਨੂੰ ਇਹ ਕਿਸਾਨ ਮੋਰਚਾ ਦਿਖਾ ਰਿਹਾ, ਇਹ ਕਿਸਾਨ ਮੋਰਚਾ ਉਹ ਫੁਕਰਾਪੰਥੀ ਨੂੰ ਵਿਸਾਰ ਕੇ ਦਬਾ ਕੇ ਹੁਣ ਸਹਿਜਤਾ ਵਿੱਚ ਮੁੜਦਾ ਦਿਖ ਰਿਹਾ। ਇਹ ਜਿਹੜੀ ਸਹਿਜਤਾ ਕਿਸਾਨ ਮੋਰਚੇ 'ਚ ਆਈ ਹੈ, ਇਹ ਸੱਚੇ ਪਾਤਸ਼ਾਹ ਜ਼ਰੂਰ ਆਸ਼ੀਰਵਾਦ ਦੇ ਕੇ ਕਿਸਾਨਾਂ 'ਤੇ ਰੰਗ ਲਿਆਉਣਗੇ। ਕਿਉਂ, ਆਹ ਦੇਖੋ ਤੁਸੀਂ, ਕਿਸਾਨ ਹੱਥਾਂ 'ਤੇ ਅਚਾਰ ਨਾਲ ਪ੍ਰਸ਼ਾਦੇ ਛੱਕ ਰਹੇ ਨੇ। ਇੱਥੇ ਕੋਈ ਵੀ ਬਦਾਮ ਨਹੀਂ ਨੇ, ਕੋਈ ਵੀ ਡਰਾਈ ਫਰੂਟ ਨਹੀਂ ਹੈ, ਕੋਈ ਵੀ ਪੀਜ਼ੇ ਨਹੀਂ ਨੇ, ਕੋਈ ਵੀ ਬਰਗਰ ਨਹੀਂ ਨੇ, ਕੁਛ ਵੀ ਨਹੀਂ ਹੈ। ਇੰਨੇ ਸਬਰ 'ਚ ਕਿਸਾਨ ਆ ਕੇ ਬੈਠਾ ਹੈ ਕਿ ਜੇ 2 ਪ੍ਰਸ਼ਾਦੇ ਮਿਲ ਗਏ ਲੰਗਰ 'ਚੋਂ ਆ ਗਏ ਤਾਂ
ਤਾਂ ਵੀ ਭਲੀ, ਜੇ ਲੰਗਰ ਵਿੱਚੋਂ ਦੋ ਪ੍ਰਸ਼ਾਦੇ ਨਹੀਂ ਆਏ ਤਾਂ ਵੀ ਭਲੀ, ਆਪਣਾ ਚੁੱਲ੍ਹਾ ਬਾਲਦੇ ਨੇ, ਆਪਣੀ ਟਰਾਲੀ 'ਚ ਰਾਸ਼ਨ ਰੱਖਿਆ ਆਪਣੀ ਪਕਾ ਲੈਂਦੇ ਨੇ। ਪਰ ਉਸਦੇ ਬਾਵਜੂਦ ਵੀ ਕਿਸਾਨਾਂ ਦੇ ਸ਼ਬਦਾਂ 'ਤੇ ਸੱਚੇ ਪਾਤਸ਼ਾਹ ਦੇ ਲੰਗਰ ਸੰਗਤ ਦੇ ਪ੍ਰਤੀ ਇਤਨੀ ਜ਼ਿਆਦਾ ਸ਼ਰਧਾ ਹੈ, ਇਹ ਤੁਸੀਂ ਖੁਦ ਸੁਣੋ। ਹਾਂਜੀ ਬਾਬਾ ਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਹੋ ਗਿਆ ਕੋਈ ਫੈਸਲਾ ਜੀ ਮੀਟਿੰਗ ਵਿੱਚ ਕਿ ਨਹੀਂ? ਹਾਂ ਜੀ, ਹਾਂ ਕੋਈ ਨਹੀਂ ਹੋਇਆ ਜੀ। ਇਹਦੇ ਖਬਰ ਵੀ ਘੱਟ ਹੋਣੀ, ਤੁਹਾਨੂੰ ਖਬਰ ਜ਼ਿਆਦਾ ਪਤਾ ਲੱਗਦਾ। ਨਹੀਂ, ਤੁਹਾਨੂੰ ਜ਼ਿਆਦਾ ਪਤਾ ਹੋਊਗੀ। ਤੁਸੀਂ ਚਾਹ ਬਣਾ ਰਹੇ ਜੀ? ਉਹ ਚਾਹ ਬੋਲੋ ਜੀ। ਮਿਹਰਬਾਨੀ ਜੀ, ਮਿਹਰਬਾਨੀ, ਬਸ ਤੁਹਾਡਾ ਹੀ ਦਿੱਤਾ ਖਾਈਦਾ। ਸਭ ਦਾ ਪਰਮਾਤਮਾ ਜੀ। ਕੋਈ ਫੈਸਲਾ ਨਹੀਂ ਅਜੇ, ਹੋ ਸਕਦਾ ਟਾਈਮ ਜ਼ਿਆਦਾ ਲਾ ਲੈਣ। ਅਤੇ ਬਾਕੀ ਚਾਹੀਦਾ ਤਾਂ ਹੈ ਹੁਣ ਸਰਕਾਰ ਨੂੰ ਵੀ, ਇੰਨੇ ਜ਼ਿੰਮੇਦਾਰ ਮਤਲਬ ਹੋਣ ਡੇ ਨੇ, ਖਰਾਬ ਹੋਣ ਡੇ, ਅਤੇ ਅਸੀਂ ਕੁਛ ਸੋਚ ਗਏ। ਸਰਕਾਰਾਂ ਤਾਂ ਜੀ ਇੰਨੀਆਂ ਬੋਲੀਆਂ ਹੋ ਗਈਆਂ, ਬਿਲਕੁਲ ਜੀ ਇੰਨੀਆਂ ਬੋਲੀਆਂ, ਕਿਤੇ ਜਾਣ ਬੁੱਝ ਕੇ ਕੰਮ ਕਰ ਰਹੇ ਨੇ। ਅਸੀਂ ਤਾਂ ਅੱਗੇ ਹੀ ਬੜੇ ਤੰਗ ਹਾਂ, ਪਰ ਇੰਨੀ ਹੁਣ ਗਾਂਹ ਤੰਗੀ ਤੁਸ਼ਟੀ ਸਰਕਾਰ ਨੇ ਲਿਆਤੀ ਵੀ ਰਹਿਣ ਹੀ ਕੁਛ ਨਹੀਂ ਦੇਣ ਦੇ। ਸਾਰਾ ਜਾਣ ਬੁੱਝ ਕੇ ਹੈ ਜੀ, ਜਾਣ ਬੁੱਝ ਕੇ ਹੀ ਜਾਣ। ਜਾਂ ਤਾਂ ਵੇ ਕੋਲ ਕੁਛ ਨਹੀਂ, ਸਭ ਕੁਛ ਸਰਕਾਰ ਦੇ ਕੋਲ ਆ, ਹੱਥ ਵਾਸਿਆ, ਅਤੇ ਕੀ ਇੱਕ ਜ਼ਿਮੀਂਦਾਰ ਦਾ ਨਿੱਘੀ ਦੀ ਪ੍ਰੋਬਲਮ ਹੈ ਜਿਹਦੇ ਤੋਂ ਇੰਨਾ ਸਾਨੂੰ ਤੰਗੀਆਂ ਤੁਸ਼ਟੀਆਂ ਦੇਖ ਲਓ। ਚਲੋ ਮਹਾਰਾਜ ਬਖਸ਼ਿਸ਼ ਕਰੇਗਾ, ਉਹ ਗੁਰੂ ਮਹਾਰਾਜ ਦੀ ਕਿਰਪਾ ਜਦੋਂ ਦੋਵੇਂ ਟਾਈਮ ਹਰਿਆਣੇ 'ਚ ਇਹਨਾਂ ਦਾ ਲੰਗਰ ਵਾਲਿਆਂ ਦਾ ਵੀ ਇੰਨਾ ਜ਼ਿਆਦਾ ਵੱਡਾ ਧੰਨਵਾਦ ਭਾਈ, ਜਿਹੜੇ ਇੱਥੇ ਲੰਗਰ ਪਹੁੰਚਾਉਂਦੇ ਨੇ ਸੰਗਤ ਨੂੰ ਪੰਜਾਬ 'ਚ ਆ ਕੇ ਤਾਂ ਲੋਕ ਸਰਕਾਰ ਥੋੜੀ ਜਿਹੀ ਇੱਕ ਮਾੜੀ ਜੀ ਵੀ ਸਾਡੀ ਮੰਗ ਮੰਨ ਲੈ, ਚਲੋ ਸਾਨੂੰ ਮਾੜੀਆਂ ਮੁੜ ਖੁਸ਼ੀਆਂ ਆ ਜਾਣ, ਇੰਨੇ ਨਾਲ ਅਸੀਂ ਤੁਰੇ ਰਹੀਏ। ਉਹ ਹੱਕ ਬਣਦਾ ਜੀ, ਹੱਕ ਸਾਡਾ ਜਿਹੜਾ ਬਣਦਾ, ਉਹ ਹੱਕ ਛੱਡਿਆ ਤਾਂ ਸਾਨੂੰ ਜਿਹੜਾ ਆਪਣਾ ਉਹ ਵੀ ਨੀ, ਕੱਖ ਨੀ ਦੇਣ ਦਾ। ਮੰਤਰੀ ਕੋਈ ਜਾਂਦੇ, ਜਿਹੜਾ ਮਾੜਾ ਮੋਟੋ ਵੀ ਖੋਈ ਜਾਂਦੇ, ਇਹੋ ਜਿਹੇ ਮੰਤਰੀ ਨਹੀਂ ਅਸੀਂ ਦੇਖਦੇ ਪੰਜਾਬ ਕੋਲ। ਇਹੋ ਜਿਹੇ ਮੰਤਰੀ ਅੱਗੇ ਤਲੀਕ ਕਦੀ ਆਇਆ, ਤੇ ਇਹੋ ਜਿਹਾ ਆ ਗਿਆ, ਤੇ ਇਹਨੇ ਹੋਰ ਹੀ ਆਂਦਾ ਸੀ ਮੈਂ ਇਹ ਕਰ ਦੂੰ ਉਹ ਕਰ ਦੂੰ, ਕਰਨ ਦੀ ਬਜਾਏ ਬੇੜਾ ਕਰ ਕਰਤਾ ਸਾਡਾ ਜ਼ਿਮੀਂਦਾਰਾਂ ਦਾ। ਹੋਰ ਕਹੀਂ ਤੇ ਹੋ ਜਾਂਦੇ ਬਾਲਕਾੜੀਆਂ। ਥਾਂ ਕਥਾ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਕਿਸ ਜਿਹੜਾ ਹਰਿਆਣੇ ਵਾਲਿਆਂ ਨੇ ਬੈਰੀਅਰ ਲਾਇਆ ਉਹ ਪੰਜਾਬ ਦੀ ਧਰਤੀ 'ਤੇ ਲਾਇਆ। ਪਟਿਆਲੇ ਦੇ ਇੱਕ ਵਕੀਲ ਨੇ ਨਕਸ਼ੇ ਵੀ ਜਾਰੀ ਕੀਤੇ ਸੀ, ਇਹ ਮੈਂ ਤੁਹਾਨੂੰ ਉਹ ਨਕਸ਼ਾ ਦਿਖਾ ਰਿਹਾ। ਮੈਂ ਤੁਹਾਨੂੰ ਨਾਲ ਹੀ ਗੂਗਲ ਦੀ ਪੋਜੀਸ਼ਨ ਦਿਖਾ ਰਿਹਾ, ਪੰਜਾਬ ਅਤੇ ਹਰਿਆਣੇ ਦੇ ਬਾਰਡਰ ਕੀ ਹੈ, ਬੈਰੀਅਰ ਕਿੱਥੇ ਹੈ ਅਤੇ ਮੋਰਚਾ ਕਿੱਥੇ ਹੈ। ਇਹ ਤੁਹਾਡੇ ਸਾਹਮਣੇ ਮੈਂ ਗੂਗਲ ਮੈਪ ਦੇ ਰਿਹਾ, ਬੜੀ ਬਰੀਕ ਹਰਿਆਣਾ ਅਤੇ ਪੰਜਾਬ ਦੇ ਬਾਰਡਰ ਦੀ ਚਿੱਟੀ ਡੋਟਡ ਲਾਈਨ ਹੈ। ਤਾਂ ਤੁਸੀਂ ਦੇਖ ਰਹੇ ਹੋ ਕਿਸਾਨ ਮੋਰਚਾ ਲਿਖਿਆ ਹੋਇਆ ਅਤੇ ਟੋਲ ਟੈਕਸ ਲਿਖਿਆ ਹੋਇਆ। ਕਿਸਾਨ ਮੋਰਚਾ ਪੰਜਾਬ ਵਿੱਚ ਲੱਗਾ, ਟੋਲ ਟੈਕਸ ਦੀ ਧਰਤੀ ਹਰਿਆਣੇ ਦੀ ਧਰਤੀ ਹੈ, ਅਤੇ ਜਿੱਥੇ ਹਰਿਆਣਾ ਅਤੇ ਕੇਂਦਰ ਸਰਕਾਰ ਦੀਆਂ ਨੀਮ ਫੌਜੀ ਬਲਾਂ ਨੇ ਆ ਕੇ ਸੜਕ ਬੰਦ ਕੀਤੀ ਹੈ ਪੁਲ ਦੇ ਉੱਪਰ, ਉਹ ਪੁਲ ਪੰਜਾਬ ਦੇ ਅੰਦਰ ਹੈ। ਗੂਗਲ ਮੈਪ ਸਪਸ਼ਟ ਦੱਸ ਰਿਹਾ, ਧਰਤੀ ਦਾ ਨਕਸ਼ਾ ਸਪਸ਼ਟ ਦੱਸ ਰਿਹਾ, ਸਾਰੀ ਚੀਜ਼ ਸਪਸ਼ਟ ਦੱਸ ਰਿਹਾ। ਅਤੇ ਇਹਦਾ ਮਤਲਬ ਕੀ ਹੈ ਕਿ ਪੰਜਾਬ ਦੀ ਸਰਕਾਰ ਵੀ ਰਲੀ ਹੋਈ ਹੈ, ਪੰਜਾਬ ਦੀ ਪੁਲਿਸ ਵੀ ਰਲੀ ਹੋਈ ਹੈ। ਜੇ ਇਹ ਗੱਲਾਂ ਸਪਸ਼ਟ ਨੇ ਤਾਂ ਫਿਰ ਕਿਸਾਨ ਆਗੂਆਂ ਨੂੰ ਕੀ ਮੂਰਖ ਨਹੀਂ ਬਣਾਇਆ ਜਾ ਰਿਹਾ? ਜਾਂ ਕਿਸਾਨ ਆਗੂ ਹਰ ਚੀਜ਼ ਸਮਝਦੇ ਨੇ ਅਤੇ ਮੂਰਖ ਬਣ ਰਹੇ ਨੇ, ਅਤੇ ਅੱਗੋਂ ਆਪਣੀ
ਇਹ ਮੈਂਬਰਸ਼ਿਪ ਨੂੰ ਜਾਂ ਕਿਸਾਨਾਂ ਨੂੰ ਮੂਰਖ ਬਣਾ ਰਹੇ ਨੇ। ਮੈਂ ਇਸ ਮਾਮਲੇ 'ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਕਿਸਾਨ ਮਸਲਿਆਂ ਦੇ ਹੱਕ ਵਿੱਚ ਖੜਾ, ਓਪਨਲੀ ਕਹਿ ਰਿਹਾ ਮੈਂ ਕਿਸਾਨ ਮਸਲਿਆਂ ਦੇ ਹੱਕ ਵਿੱਚ ਖੜਾ। ਪਰ ਜਿਹੜੀਆਂ ਇਹ ਉਣਤਾਈਆਂ ਨੇ ਔਰ ਜਿਹੜੀਆਂ ਜਾਣਬੁੱਝ ਕੇ ਕੀਤੀਆਂ ਜਾਂਦੀਆਂ ਨੇ, ਇਹ ਕਿਸਾਨਾਂ ਦੇ ਸਾਰੇ ਅੰਦੋਲਨਾਂ ਨੂੰ, ਕੁਰਬਾਨੀਆਂ ਨੂੰ, ਸ਼ਹੀਦੀਆਂ ਨੂੰ ਪਾਣੀ 'ਚ ਮੇਟ ਦਿੰਦੀਆਂ ਨੇ। ਮੈਂ ਇਸ ਚੀਜ਼ ਦੇ ਵੀ ਖਿਲਾਫ ਹਾਂ, ਇਹ ਸਪਸ਼ਟ ਕਰ ਰਿਹਾ। ਹੁਣ ਉਹਦੀ ਇੱਕ ਦੂਸਰਾ ਸਬੂਤ ਤੁਹਾਨੂੰ ਦਿੰਦਾ। ਇਹ ਮੈਂ ਦੇਖੋ ਕੈਮਰੇ 'ਚ ਤੁਹਾਨੂੰ ਦਿਖਾ ਰਿਹਾ, ਟੋਲ ਪਲਾਜ਼ਾ 500 ਮੀਟਰ। ਮੈਂ ਨਹੀਂ ਲਿਖਿਆ, ਕਿਸਾਨਾਂ ਨੇ ਨਹੀਂ ਲਿਖਿਆ, ਪੰਜਾਬ ਨੇ ਨਹੀਂ ਲਿਖਿਆ, ਕਿਉਂਕਿ ਨੈਸ਼ਨਲ ਹਾਈਵੇ ਹੈ, ਕੇਂਦਰ ਸਰਕਾਰ ਨੇ ਲਿਖਿਆ। ਇਹ ਉਸ ਪੁਲ ਦੇ ਉੱਤੇ ਲਿਖਿਆ ਹੋਇਆ ਕਿ ਇਸ ਪੁਲ ਤੋਂ 500 ਮੀਟਰ ਦੀ ਦੂਰੀ 'ਤੇ ਟੋਲ ਪਲਾਜ਼ਾ, ਅਤੇ ਉੱਥੋਂ ਹਰਿਆਣੇ ਦੀ ਧਰਤੀ ਆਰੰਭ ਹੁੰਦੀ ਹੈ। ਬੜੀ ਸਪਸ਼ਟ ਅਤੇ ਸਿੱਧਾ ਜਿਹਾ ਪ੍ਰਮਾਣ ਜੇ ਭਾਰਤ ਸਰਕਾਰ ਦਾ ਪ੍ਰਮਾਣ ਹੈ, ਮੇਰਾ ਨਹੀਂ ਹੈ, ਕਿਸਾਨ ਆਗੂਆਂ ਦਾ ਨਹੀਂ ਹੈ, ਅੰਦੋਲਨਕਾਰੀਆਂ ਦਾ ਨਹੀਂ ਹੈ। ਅਤੇ ਮਤਲਬ ਸਪਸ਼ਟ ਹੈ ਕਿ ਅੰਦਰ ਖਾਤੇ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਸਾਰੀਆਂ ਸਹਿਮਤੀਆਂ ਦਿੱਤੀਆਂ ਨੇ, ਕਿਸਾਨਾਂ ਨੂੰ, ਪੰਜਾਬ ਦੇ ਸਿੱਖ ਕਿਸਾਨਾਂ ਨੂੰ ਰੋਕਣ ਦੀਆਂ ਵੀ ਸਹਿਮਤੀਆਂ ਦਿੱਤੀਆਂ ਨੇ, ਦਰੜ ਕਰਨ ਦੀਆਂ ਵੀ ਸਹਿਮਤੀਆਂ ਦਿੱਤੀਆਂ ਨੇ, ਮਰਵਾਉਣ ਦੀਆਂ ਵੀ ਸਹਿਮਤੀਆਂ ਦਿੱਤੀਆਂ ਨੇ, ਸ਼ੈਲਿੰਗ ਕਰਵਾਉਣ ਦੀਆਂ ਵੀ ਸਹਿਮਤੀਆਂ ਦਿੱਤੀਆਂ ਨੇ, ਡਰੋਨ ਚਲਾਉਣ ਦੀਆਂ ਵੀ ਸਹਿਮਤੀਆਂ ਦਿੱਤੀਆਂ ਨੇ। ਪਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਸਾਨੂੰ ਸਾਹਮਣੇ ਨਾ ਲਿਆਓ, ਕਰੀ ਤੁਸੀਂ ਸਾਰਾ ਕੁਛ ਜਾਓ, ਅਸੀਂ ਕੁਛ ਨਹੀਂ ਕਰਾਂਗੇ। ਮੈਂ ਉਸਦੇ ਪ੍ਰਮਾਣ ਦੇ ਰਿਹਾ ਤੁਹਾਨੂੰ। ਅਤੇ ਫਿਰ ਦੇਸ਼ ਪੰਜਾਬ ਅਤੇ ਭਾਰਤ ਵੰਡ ਨਾ ਦਿੱਤਾ ਗਿਆ ਤਾਂ ਉਵੇਂ ਦੀ ਬਾਰਡਰ ਸਿਚੁਏਸ਼ਨ ਹੋ ਗਈ ਹੈ। ਮੈਂ ਦੇਖੋ ਬਾਰਡਰ ਦੇ ਤਾਰ ਖਿੱਚ ਕੇ, ਬਿਜਲੀ ਦੀ ਤਾਰ ਖਿੱਚ ਕੇ ਐਂ ਕੀਤਾ ਹੋਇਆ ਕਿ ਬਈ ਇਸ ਤੋਂ ਅੱਗੇ ਨੋ ਮੈਨ ਲੈਂਡ ਹੈ। ਅਤੇ ਫਿਰ ਤਾਂ ਉਹੀ ਜੋ ਬਾਰਡਰ ਨੋ ਮੈਨ ਲੈਂਡ ਅਤੇ ਅੱਗੇ ਫੈਂਸਿੰਗ ਪਾਕਿਸਤਾਨ ਨਾਲ ਹੈ, ਉਹੀ ਅੱਜ ਦੇਸ਼ ਪੰਜਾਬ ਅਤੇ ਭਾਰਤ ਵਿਚਕਾਰ ਆ ਗਈ। ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਕਿਸਾਨ ਨਹੀਂ ਹਨ ਜ਼ਿੰਮੇਵਾਰ। ਕਿਸਾਨ ਤਾਂ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਸਨ। ਦਿੱਲੀ ਕਿਉਂ ਜਾਂਦਾ ਬੰਦਾ? ਦਿੱਲੀ ਇਸ ਲਈ ਜਾਂਦਾ, ਮੈਂ ਪਹਿਲਾਂ ਵੀ 2 ਵੀਡੀਓ ਬਣਾ ਚੁੱਕਾ, ਹਰ ਅੰਦੋਲਨ ਦਿੱਲੀ ਜਾਂਦਾ ਕਿਉਂਕਿ ਕੁੰਭਕਰਨੀ ਸਰਕਾਰ ਜਾਗਦੀ ਹੀ ਨਹੀਂ ਹੈ। ਜਦ ਤੱਕ ਦਿੱਲੀ ਜਾ ਕੇ ਆਪਣੇ ਮਸਲੇ ਨਾ ਦੱਸਣ, ਉਦੋਂ ਤੱਕ ਨਾ ਨੈਸ਼ਨਲ ਮੀਡੀਆ ਉਹਨਾਂ ਦੀ ਸੁਣਦਾ, ਨਾ ਹੀ ਸਰਕਾਰ ਸੁਣਦੀ ਹੈ। ਇਹ ਇੱਕ ਆਮ ਵਰਤਾਰਾ, ਕੋਈ ਪਹਿਲੀ ਵਾਰੀ ਨਹੀਂ ਹੈ। ਦਰਜਨਾਂ ਵਾਰੀ ਦਿੱਲੀ ਜਾ ਚੁੱਕੇ ਨੇ, ਕਿਸਾਨ ਵੋਟ ਕਲੱਬ 'ਤੇ ਵੀ ਜਾ ਚੁੱਕੇ ਨੇ, ਰਾਮਲੀਲਾ ਮੈਦਾਨ 'ਤੇ ਵੀ ਜਾ ਚੁੱਕੇ ਨੇ, ਲਾਲ ਕਿਲ੍ਹੇ 'ਤੇ ਵੀ ਜਾ ਚੁੱਕੇ ਨੇ, ਜੰਤਰ ਮੰਤਰ 'ਤੇ ਵੀ ਜਾ ਚੁੱਕੇ ਨੇ, ਆਪਣਾ ਜਨਪਥ 'ਤੇ ਤੱਕ ਵੀ ਜਾ ਚੁੱਕੇ ਨੇ ਅਤੇ ਸੰਸਦ ਦੇ ਘਿਰਾਓ ਵਾਸਤੇ ਵੀ ਜਾ ਚੁੱਕੇ ਨੇ। ਉਹ ਬਾਕੀ ਭਾਰਤ ਦੇ ਕਿਸਾਨਾਂ ਨੂੰ ਖੁੱਲ੍ਹ ਮਿਲੀ, ਪੰਜਾਬਦਿਆਂ ਨੂੰ ਨਹੀਂ ਮਿਲੀ। ਇਹ ਇੱਕ ਵਿਤਕਰੇ ਭਰਪੂਰ ਕਾਰਵਾਈ ਹੈ। ਪੰਜਾਬ ਦੇ ਸਿੱਖ ਕਿਸਾਨਾਂ ਤੋਂ, ਨਾਨਕ ਦੇ ਗੁਰੂ ਨਾਨਕ ਦੇ ਕਿਸਾਨਾਂ ਤੋਂ, ਮੈਂ ਸਿੱਧੀ ਜਿਹੀ ਗੱਲ ਕਹਾਂ, ਕਿਉਂਕਿ ਜਦੋਂ ਗੁਰੂ ਨਾਨਕ ਦੇ ਕਿਸਾਨ ਕਹੀਏ ਤਾਂ ਉਹਦੇ 'ਚ ਸਾਰੇ ਹੀ ਕਿਸਾਨ ਆ ਜਾਂਦੇ ਨੇ, ਧਰਮ ਦੀ ਗੱਲ ਖਤਮ ਹੋ ਜਾਂਦੀ। ਪੰਜਾਬ ਸਰਕਾਰ ਦੀ ਬੇਈਮਾਨੀ, ਮਿਲੀ ਭਗਤ ਅਤੇ ਕਿਸਾਨ ਆਗੂਆਂ ਨੂੰ ਭਰਮਾ ਕੇ ਗਲਤ ਦਿਸ਼ਾ ਵੱਲ ਤੋਰਨ ਦੀ ਪਲੈਨਿੰਗ ਕੇਂਦਰ ਸਰਕਾਰ ਨਾਲ ਰਲੀ ਹੋਈ ਹੈ, ਖੱਟਰ ਸਰਕਾਰ ਨਾਲ ਰਲੀ ਹੋਈ ਹੈ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਨਹੀਂ ਤਾਂ ਕਿਵੇਂ ਹੋ ਸਕਦਾ ਜੋ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ
ਬਰਗਾਲੀ 'ਚ ਕੀਤਾ ਅਣਪਛਾਤੀ ਪੁਲਿਸ। ਉਹੀ ਅਣਪਛਾਤੀ ਪੁਲਿਸ ਸ਼੍ਰੀ ਭਗਵੰਤ ਮਾਨ ਨੇ ਸ਼ੰਭੂ ਬਾਰਡਰ 'ਤੇ ਕਰ ਦਿੱਤੀ। ਜੀਰੋ ਐੱਫ ਆਈ ਆਰ ਦਾ ਕੀ ਮਤਲਬ ਹੁੰਦਾ? ਸਿਰ ਕਿਸਾਨ ਆਗੂਆਂ ਨੂੰ ਵਰਗਲਾਇਆ ਗਿਆ, ਪਰਿਵਾਰ ਨੂੰ ਵਰਗਲਾਇਆ ਗਿਆ, ਗੱਲ ਖਤਮ ਕਰ ਦਿੱਤੀ ਗਈ। ਇਸ ਦਾ ਮਤਲਬ ਸਪਸ਼ਟ ਹੈਗਾ, ਜਾਂ ਤਾਂ ਭਗਵੰਤ ਮਾਨ ਬਤੌਰ ਗ੍ਰਹਿ ਮੰਤਰੀ ਡੀ ਜੀ ਪੀ ਦੇ ਹੇਠਾਂ ਲੱਗਾ ਹੋਇਆ ਅਤੇ ਪੰਜਾਬ ਪੁਲਿਸ ਭਗਵੰਤ ਮਾਨ ਦੀ ਨਹੀਂ ਮੰਨਦੀ, ਅਤੇ ਜਾਂ ਫਿਰ ਭਗਵੰਤ ਮਾਨ ਖੱਟਰ ਦੇ ਹੇਠਾਂ ਲੱਗਾ ਹੋਇਆ ਅਤੇ ਕੇਂਦਰ ਸਰਕਾਰ ਦੇ ਹੇਠਾਂ ਲੱਗਾ ਹੋਇਆ। ਤੁਸੀਂ ਗੱਲ ਦਾ ਅੰਦਾਜ਼ਾ ਲਾਓ। ਮੈਂ ਬੜੀ ਸਹਿਜਤਾ ਨਾਲ ਤੁਹਾਡੇ ਨਾਲ ਗੱਲਾਂ ਕਰ ਰਿਹਾ, ਇਹਨਾਂ ਗੱਲਾਂ ਨੂੰ ਵਿਚਾਰਿਆ ਜੇ, ਵੀਡੀਓ ਨੂੰ ਦੋ ਤਿੰਨ ਵਾਰੀ ਚਾਹੇ ਰਿਵਾਇੰਡ ਕਰਕੇ ਸੁਣ ਲਿਆ ਜੇ, ਪਰ ਵੀਡੀਓ ਨੂੰ ਜਿੰਨੇ ਕਿਸਾਨ ਅੰਦੋਲਨ ਵਿੱਚ ਨੌਜਵਾਨ ਬਜ਼ੁਰਗ ਅੱਧ ਖੜ ਬੈਠੇ ਮੇਰੇ ਵੀਰ ਭੈਣਾਂ ਸੁਣਨ, ਉਹ ਕਿਸਾਨ ਅੰਦੋਲਨ ਵਿੱਚ ਇਹਨੂੰ ਵਾਰ ਵਾਰ ਸਾਰਿਆਂ ਦੇ ਮੋਬਾਈਲ ਫੋਨਾਂ 'ਤੇ ਭੇਜੋ, ਤਾਂ ਜੋ ਤੁਹਾਨੂੰ ਅਸਲੀਅਤ ਦਾ ਅਸਲ ਗਿਆਨ ਹੋ ਸਕੇ। ਬੜਾ ਜ਼ਰੂਰੀ ਜੇ, ਇਹ ਨਾਲ ਦੇ ਨਾਲ ਸ਼ੇਅਰ ਕਰੀ ਜਾਓ, ਨਾਲ ਦੇ ਨਾਲ ਪ੍ਰਚਾਰੀ ਜਾਓ। ਜੀਰੋ ਐੱਫ ਆਈ ਆਰ ਦਾ ਕੀ ਮਤਲਬ? ਤੁਸੀਂ ਦੇਖੋ, ਦੂਜੇ ਪਾਸੇ ਖੱਟੜ ਔਰ ਕੇਂਦਰ ਸਰਕਾਰ ਨੇ ਜਿਹੜੇ ਵੱਡੇ ਵੱਡੇ ਖੰਭਿਆਂ ਦੇ ਉੱਤੇ ਸੀ ਸੀ ਟੀ ਵੀ ਕੈਮਰੇ ਲਗਾਏ, ਉਹਨਾਂ ਨੇ ਤਾਂ ਤੁਹਾਡੇ ਅਣਪਛਾਤੇ ਕਿਸਾਨ ਨੌਜਵਾਨ ਵੀ ਪਛਾਣ ਲਏ। ਬੁਰਾ ਨਾ ਮੰਨਿਆ ਜੇ ਮੇਰੀ ਗੱਲ ਦਾ, ਅਸਲੀਅਤ ਦਾ ਸਾਨੂੰ ਪਤਾ ਹੋਣਾ ਚਾਹੀਦਾ। ਉਹਨਾਂ ਨੇ ਕਿਸਾਨ ਪੰਜਾਬ ਦਾ ਸਿੱਖ ਗੱਭਰੂ, ਉਹਦੇ ਮਾਂ ਪਿਓ ਸਾਰਿਆਂ ਦੀ ਪਹਿਚਾਣ ਕਰ ਲਈ, ਅਤੇ ਪਹਿਚਾਣ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਆਈ ਟੀ ਸੈੱਲ ਰਾਹੀਂ ਉਹਨਾਂ ਦੇ ਐਡਰੈਸ ਪਤੇ ਵੀ ਕੱਢ ਲਏ, ਫੋਟੋਆਂ ਵੀ ਕੱਢ ਲਈਆਂ। ਉਹਨਾਂ ਨੇ ਤਾਂ ਭੀੜ ਵੀ ਅਣਪਛਾਤੀ ਨਹੀਂ ਰਹਿਣ ਦਿੱਤੀ। ਉਹਨਾਂ ਨੇ ਤਾਂ ਅੰਦੋਲਨ ਵਿੱਚ ਜਿਹੜੇ ਸਾਰੇ ਸਾਂਝੇ ਤੌਰ 'ਤੇ ਚੱਲ ਰਹੇ ਸੀ ਉਹ ਵੀ ਅਣਪਛਾਤੇ ਨਹੀਂ ਰਹਿਣ ਦਿੱਤੇ। ਅਤੇ ਤੁਸੀਂ ਜਿਹੜੇ ਵਰਦੀਧਾਰੀ ਗਿਣਤੀ ਦੇ ਬੰਦੇ ਨੇ, ਜਿਨ੍ਹਾਂ ਦੀ ਬੈਲਟ ਨੰਬਰ ਵੀ ਹੈ, ਹਰ ਸ਼ਨਾਖਤ ਹੈ, ਤੁਸੀਂ ਉਸ ਪੁਲਿਸ ਨੂੰ ਅਣਪਛਾਤੀ ਦੱਸ ਰਹੇ ਹੋ ਅਤੇ ਜੀਰੋ ਐੱਫ ਆਈ ਆਰ ਕਰ ਰਹੇ ਹੋ। ਮਾਧਿਅਮ ਸੇ ਬਤਾਨਾ ਚਾਹ ਰਹਾ ਹੂੰ ਕਿ ਪੰਜਾਬ ਸੇ ਹਰਿਆਣਾ ਕੀ ਤਰਫ ਆਨੇ ਵਾਲੇ ਕਿਸਾਨ ਅੰਦੋਲਨ ਮੇਂ ਜੋ ਵੀ ਉਪਦਰਵੀ ਹੈ, ਜੋ ਵੀ ਇਸ ਅੰਦੋਲਨ ਮੇਂ ਹਰਿਆਣਾ ਕੀ ਤਰਫ ਬੜਕਰ ਬੈਰੀਗੇਡ ਤੋੜਨਾ ਜਾਂ ਔਰ ਕਿਸੀ ਤਰੀਕੇ ਦਾ ਉਪਦਰਵ ਮਚਾਨਾ, ਐਸੇ ਲੋਕੋ ਕੋ ਹਮ ਲੋਗੋ ਨੇ ਆਈਡੈਂਟੀਫਾਈ ਕੀਆ ਹਮਾਰੇ ਸੀ ਸੀ ਟੀ ਵੀ ਕੈਮਰੋ ਸੇ ਔਰ ਹਮਾਰੇ ਡਰੋਨ ਕੇ ਕੈਮਰੋ ਸੇ ਔਰ ਜੋ ਹਮਨੇ ਵੀਡੀਓ ਬਣਾਈ ਹੈ ਉਸਸੇ ਵੀ ਹਮ ਲੋਗੋ ਨੇ ਆਈਡੈਂਟੀਫਾਈ ਕਰਕੇ ਉਨ ਲੋਗੋ ਕੇ ਖਿਲਾਫ ਹਮ ਲੋਗ ਹਮਾਰੇ ਮਿਨਿਸਟਰੀ ਆਫ ਪਾਸਪੋਰਟ ਆਫਿਸ ਔਰ ਐਮਬੈਸੀ ਮੇਂ ਹਮ ਲੋਗ ਉਨਕੇ ਵੀਜ਼ਾ ਔਰ ਪਾਸਪੋਰਟ ਜੋ ਹੈ ਉਨਕੋ ਰੱਦ ਕਰਨੇ ਕੇ ਲੀਏ ਹਮਨੇ ਅਭੀ ਹਮ ਜੋ ਆਦੇਸ਼ ਹੈ ਵੋ ਹਮ ਪਾਰਿਤ ਕਰਨੇ ਵਾਲੇ ਹੈ। ਇਸ ਦਾ ਮਤਲਬ ਸਪਸ਼ਟ ਨਹੀਂ ਹੋ ਜਾਂਦਾ ਕਿ ਕੁੱਤੀ ਚੋਰ ਨਾਲ ਰਲੀ ਹੋਈ ਹੈ? ਲਫ਼ਜ਼ ਮਾੜੇ ਨੇ ਪਰ ਕਹਿਣੇ ਪੈਂਦੇ ਨੇ, ਕਿਉਂਕਿ ਉਦਾਹਰਣ ਹੈ ਸਾਡੇ ਪੰਜਾਬ ਦੀ। ਹਰਿਆਣਾ ਸਰਕਾਰ ਨੇ, ਮੈਂ ਜਾ ਰਿਹਾ ਹਾਂ ਅਤੇ ਹਰਿਆਣਾ ਸਰਕਾਰ ਅਨਾਊਂਸਮੈਂਟ ਕਰ ਰਹੀ ਹੈ, ਉਸ ਦਾ ਡੀ ਜੀ ਪੀ ਵੀ ਬੋਲ ਰਿਹਾ, ਉਸ ਦਾ ਐੱਸ ਐੱਸ ਪੀ ਵੀ ਬੋਲ ਰਿਹਾ, ਡੀ ਸੀ ਵੀ ਬੋਲ ਰਿਹਾ ਕਿ ਅਸੀਂ ਪੰਜਾਬ ਵਿੱਚ ਸਾਰੇ ਹੀ ਉਪਦਰਵੀ, ਉਹ ਉਪਦਰਵੀ ਕਹਿ ਰਹੇ ਨੇ, ਕਿਸਾਨਾਂ ਦੀ ਸ਼ਨਾਖਤ ਕਰ ਲਈ ਹੈ ਅਤੇ ਪੱਥਰਬਾਜ਼ਾਂ ਦੀ ਵੀ ਸ਼ਨਾਖਤ ਕਰ ਲਈ ਹੈ, ਅਤੇ ਉਹਨਾਂ ਸਾਰਿਆਂ ਦੇ ਖਿਲਾਫ਼ ਪੰਜਾਬ ਸਰਕਾਰ ਨੂੰ ਵੀ, ਕੇਂਦਰ ਸਰਕਾਰ ਨੂੰ ਵੀ ਅਤੇ ਪਾਸਪੋਰਟ ਆਫਿਸ ਨੂੰ ਵੀ ਅਸੀਂ ਸ਼ਿਕਾਇਤਾਂ ਭੇਜ ਰਹੇ ਹਾਂ। ਉਹਨਾਂ ਦੇ ਪਾਸਪੋਰਟ ਵੀ ਜ਼ਬਤ ਕੀਤੇ ਜਾਣਗੇ,
ਜੇ ਉਹ ਨਹੀਂ ਦੇਣਗੇ ਤਾਂ ਉਹਨਾਂ ਦੇ ਸਾਰੇ ਪਾਸਪੋਰਟ ਰੱਦ ਕੀਤੇ ਜਾਣਗੇ, ਵੀਜ਼ੇ ਵੀ ਰੱਦ ਕਰਵਾਏ ਜਾਣਗੇ ਅਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਕਰਵਾਈਆਂ ਜਾਣਗੀਆਂ। ਇਹ ਜੇ ਕੇਂਦਰ ਸਰਕਾਰ ਦੀ ਕਾਰਵਾਈ, ਉਹ ਤੁਹਾਡੀ ਸਾਰੀ ਸ਼ਨਾਖਤ ਕਰ ਚੁੱਕੀ ਹੈ ਅਤੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਵਾਲੇ ਕਹਿ ਰਹੇ ਨੇ ਕਿ ਅਣਪਛਾਤੀ ਪੁਲਿਸ, ਨੰਬਰ ਇੱਕ। ਹੁਣ ਉੱਥੇ ਜਾ ਕੇ ਜੇ ਹੋਰ ਜਿਹੜੀ ਇੱਕ ਵੱਡੀ ਗੱਲ ਮੈਂ ਦੇਖੀ, ਕਿਸਾਨ ਆਗੂ ਨੇ, ਮੈਂ ਨਾਂ ਨਹੀਂ ਲੈਣਾ ਚਾਹਾਂਗਾ, ਨੌਜਵਾਨ ਕਿਸਾਨ ਆਗੂ ਨੇ, ਉਹਨਾਂ ਨੇ ਤਾਂ ਪਹਿਲਾਂ ਹੀ ਹਰਿਆਣਾ ਦੀ ਪੁਲਿਸ ਨੂੰ ਅਤੇ ਕੇਂਦਰ ਸਰਕਾਰ ਦੀ ਸਾਰੀ ਕਾਰਵਾਈ ਨੂੰ ਕਲੀਨ ਚਿੱਟ ਦੇ ਦਿੱਤੀ। ਉਹ ਹੈ ਖੁਦ ਆਪਣੇ ਫੇਸ ਪੇਜ 'ਤੇ ਵੀ, ਫੇਸਬੁੱਕ 'ਤੇ ਵੀ ਅਤੇ ਸੋਸ਼ਲ ਮੀਡੀਆ 'ਤੇ ਵੀ ਕਹਿ ਰਹੇ ਨੇ, ਮੈਂ ਆਪਣੀ ਵੀਡੀਓ 'ਚ ਉਹਨਾਂ ਦੀ ਵੀਡੀਓ ਦਿਖਾਉਣੀ ਨਹੀਂ ਸੀ ਚਾਹੁੰਦਾ, ਇਸ ਲਈ ਨਹੀਂ ਦੇ ਰਿਹਾ, ਕਿ ਕੁਛ ਵਰਦੀਧਾਰੀ ਵਿਅਕਤੀ ਨਹੀਂ ਸੀ, ਸਿਵਲ ਵਿਅਕਤੀ ਸੀ, ਉਹਨਾਂ ਨੇ ਕਿਸਾਨਾਂ ਬਾਰੇ ਭੱਦੀਆਂ ਗਾਲਾਂ ਕੱਢੀਆਂ, ਬਹੂ ਬੇਟੀਆਂ 'ਤੇ ਮਾਮਲੇ 'ਚ ਬੋਲ ਕੱਸੇ ਅਤੇ ਪੱਟਾਂ 'ਤੇ ਹੱਥ ਮਾਰ ਮਾਰ ਕੇ ਵੰਗਾਰਿਆ। ਜਿਸ ਵੇਲੇ ਕਿਸਾਨ ਆਗੂ ਖੁਦ ਹਰਿਆਣੇ ਅਤੇ ਕੇਂਦਰ ਦੀ ਨੀਮ ਫੌਜੀ ਬਲਾਂ ਅਤੇ ਹਰਿਆਣਾ ਪੁਲਿਸ ਨੂੰ ਕਲੀਨ ਚਿੱਟ ਦੇ ਰਿਹਾ ਕਿ ਵੀ ਉਹ ਨਹੀਂ ਕਰ ਸਕਦੇ ਅਜਿਹਾ, ਇਹ ਤਾਂ ਕਿਸੇ ਸਿਵਿਲੀਅਨ ਨੇ ਕੀਤਾ, ਤੁਸੀਂ ਆਪ ਹੀ ਕਲੀਨ ਚਿੱਟ ਦੇ ਰਹੇ ਹੋ, ਕਹੀਓ ਜੀ ਤੁਹਾਡੀ ਲੀਡਰਸ਼ਿਪ ਹੈ, ਜਿਹੜੇ ਤੁਹਾਡੇ ਹੱਕ ਹੀ ਨਹੀਂ ਸੁਰੱਖਿਅਤ ਰੱਖ ਪਾਉਂਦੀ ਅਤੇ ਦੂਜੇ ਦੇ ਹੱਕ ਪਹਿਲਾਂ ਸੁਰੱਖਿਅਤ ਕਰ ਦਿੰਦੀ ਹੈ ਤਾਂ ਕਿ ਉਹਨਾਂ 'ਤੇ ਕੋਈ ਕਾਰਵਾਈ ਨਾ ਹੋਏ। ਕਿਸਾਨ ਆਗੂਆਂ ਨੂੰ ਮਿਲ ਬੈਠ ਕੇ ਅੰਦੋਲਨਕਾਰੀਆਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ, ਪਰਖਣੀ ਚਾਹੀਦੀ ਹੈ ਅਤੇ ਅਜਿਹੇ ਬੋਲ ਨਹੀਂ ਬੋਲਣੇ ਚਾਹੀਦੇ। ਹੁਣ ਆ ਜਾਓ ਅਗਲੀ ਗੱਲ ਕਰੀਏ, ਕਿਸਾਨ ਦੀਆਂ ਮੰਗਾਂ ਕੀ ਨੇ। ਮੈਂ ਬੜਾ ਹੈਰਾਨ ਹੋਇਆ, ਮੈਂ ਉੱਥੇ ਬਹੁਤ ਸਾਰੇ ਕਿਸਾਨਾਂ ਨਾਲ ਗੱਲ ਕੀਤੀਆਂ, ਉਹਨਾਂ ਨੇ ਮੰਗਾਂ ਦੱਸੀਆਂ, ਉਹ WTO ਦੀ ਵੀ ਗੱਲ ਕਰਨ ਲੱਗ ਪਏ। ਮੈਂ ਕਹਿੰਦਾ ਕਿ ਆਪਣੇ ਸ਼ਾਹਰਾਹ ਤੋਂ ਹੁਣ ਥਿੜਕੋ ਨਾ, ਇਹ WTO ਤੁਹਾਡਾ ਮਸਲਾ ਨਹੀਂ ਜੇ ਹੈਗਾ, ਇਹ ਸਰਕਾਰਾਂ ਦੇ ਅਧੀਨ ਹੀ, ਔਰ ਤੁਸੀਂ ਸਰਕਾਰਾਂ ਨੂੰ, ਤੁਸੀਂ ਅੰਬਾਨੀ ਅੰਡਾਨੀ ਨੂੰ ਨਹੀਂ ਢਾ ਸਕੇ ਅਤੇ WTO ਨੂੰ ਕੀ ਢਾਓਗੇ, ਤੁਸੀਂ ਖੁਦ, ਮੇਰੀਆਂ ਗੱਲਾਂ ਤੁਹਾਨੂੰ ਕੌੜੀਆਂ ਅਤੇ ਬੁਰੀਆਂ ਲੱਗਣਗੀਆਂ, ਤੁਸੀਂ ਖੁਦ ਅੰਬਾਨੀ ਅੰਡਾਨੀ ਦੇ ਸਾਈਲੋ ਵਿੱਚ ਫਸਲ ਟਰਾਲੀਆਂ ਭਰ ਭਰ ਕੇ ਉਤਾਰਨ ਜਾਂਦੇ ਹੋ ਅਤੇ ਫਿਰ ਵਿਰੋਧ ਕਰਦੇ ਹੋ ਕਿ ਅਸੀਂ WTO ਦਾ ਅਤੇ ਸਾਈਲੋ ਦਾ ਵਿਰੋਧ ਕਰਾਂਗੇ। ਇਹ ਸਾਰੀਆਂ ਵਿਰੋਧਾਭਾਸੀ ਗੱਲਾਂ ਖੁਦ ਕਿਸਾਨਾਂ ਦੇ ਅੰਦਰ ਵੀ ਨੇ। ਆਪਣੀਆਂ ਮੰਗਾਂ ਨੂੰ ਪਿੰਨ ਪੁਆਇੰਟ ਕਰ ਲਓ। ਮੈਂ ਉੱਥੇ ਜਾ ਕੇ ਗੱਲ ਕੀਤੀ, ਮੈਂ ਕਿਹਾ ਜੀ ਮਿਨੀਮਮ ਸਪੋਰਟ ਪ੍ਰਾਈਜ਼ MSP ਤੁਸੀਂ ਪੂਰੇ ਭਾਰਤ ਲਈ ਮੰਗ ਰਹੇ ਹੋ, ਪੂਰੇ ਭਾਰਤ ਦਾ ਕਿਸਾਨ ਤਾਂ ਚੁੱਪ ਬੈਠਾ, ਤੁਸੀਂ ਭਾਰਤ ਦੀ ਲੜਾਈ ਕਿਉਂ ਲੜ ਰਹੇ ਹੋ, ਤੁਸੀਂ ਆਪਣੀ ਕਿਉਂ ਨਹੀਂ ਲੜਦੇ? ਅਤੇ ਮੈਂ ਉਹਨਾਂ ਨੂੰ ਇਹ ਵੀ ਜਦ ਪੁੱਛਿਆ, ਕਿਸੇ ਕੋਲ ਇਸ ਦਾ ਸੰਤੁਸ਼ਟੀਜਨਕ ਜਵਾਬ ਨਹੀਂ ਹੈ। ਮੈਂ ਉਹਨਾਂ ਕਿਸਾਨਾਂ ਨੂੰ ਵੀਡੀਓ 'ਚ ਲਿਆ ਕੇ ਬੇਪਰਦ ਨਹੀਂ ਕਰਨਾ ਚਾਹੁੰਦਾ, ਸ਼ਰਮਿੰਦਾ ਨਹੀਂ ਕਰਨਾ ਚਾਹੁੰਦਾ, ਪਰ ਮੇਰੇ ਕੋਲ ਵੀਡੀਓ ਹੁਣ ਪਈਆਂ ਨੇ। ਮੈਂ ਉਹਨਾਂ ਨੂੰ ਦੂਸਰਾ ਸਵਾਲ ਹੈ ਪੁੱਛਿਆ ਕਿ MSP ਦੇ ਇਸ ਮਸਲੇ ਨਾਲ ਕਿ ਪੰਜਾਬ ਵਿੱਚ MSP ਨਹੀਂ ਘਟਾ ਦਿੱਤੀ ਜਾਏਗੀ, ਕਹਿੰਦੇ ਜੀ ਘਟਾਈ ਨਹੀਂ ਸਕਦੇ। ਅਤੇ ਮੈਂ ਉਹਨਾਂ ਨੂੰ ਉਦਾਹਰਣ ਦਿੱਤੀ ਕਿ ਪਿਛਲੇ ਸਾਲ ਕਣਕ ਅਤੇ ਝੋਨੇ ਦੀ ਜਿੰਨੀ ਫਸਲ MSP 'ਚ ਪੰਜਾਬ ਵਿੱਚ ਖਰੀਦਣੀ ਚਾਹੀਦੀ ਸੀ, ਉਸ ਨਾਲੋਂ 15% ਘੱਟ ਦਾ ਕੋਟਾ
ਪੰਜਾਬ ਲਈ ਨਿਰਧਾਰਿਤ ਕੀਤਾ ਅਤੇ ਉਹ 15% ਮੱਧ ਪ੍ਰਦੇਸ਼ ਅਤੇ ਹੋਰ ਸੂਬਿਆਂ ਨੂੰ ਦੇ ਦਿੱਤਾ ਗਿਆ। ਉੱਥੇ ਕਿਸਾਨ ਚੁੱਪ ਸਨ ਜੀ, ਸਾਨੂੰ ਨਹੀਂ ਪਤਾ। ਅਤੇ ਮੈਂ ਕਿਹਾ ਮੈਂ ਤੁਹਾਨੂੰ ਵਾਰ ਵਾਰ ਇਹ ਸੁਚੇਤ ਕਰ ਰਿਹਾ, ਵਾਰ ਵਾਰ ਤੁਹਾਡੇ ਨਾਲ ਅਸੀਂ ਸੰਵਾਦ ਕਰ ਰਹੇ ਹਾਂ ਪੰਥ ਖਾਲਸਾ ਚੈਨਲ ਤੋਂ, C5 ਪੰਥ ਖਾਲਸਾ ਚੈਨਲ। ਇਹ ਵਾਰ ਵਾਰ ਤੁਹਾਨੂੰ ਆਗਾਹ ਵੀ ਕਰ ਰਿਹਾ, ਅਪੀਲ ਵੀ ਕਰ ਰਿਹਾ ਕਿ ਕਿਸਾਨੋ, ਤੁਹਾਨੂੰ ਜਿਹੜੀਆਂ ਫਸਲਾਂ 'ਤੇ MSP ਮਿਲਦੀ ਹੈ, ਇਹ ਤੁਹਾਡਾ ਹਿੱਸਾ ਉਹਨਾਂ ਨੇ ਉੱਧਰ ਦੇ ਦੇਣਾ ਅਤੇ ਤੁਹਾਡੀਆਂ ਫਸਲਾਂ ਦੀ ਖਰੀਦ ਘੱਟ ਕਰ ਦੇਣੀ ਹੈ। ਅਲਟੀਮੇਟਲੀ ਪੰਜਾਬ ਦੀ ਉਹਨਾਂ ਨੇ ਹੈਂਕੜ ਵੀ ਭੰਨਣੀ ਹੈ, ਇੱਜ਼ਤ ਵੀ ਤੋੜਨੀ ਹੈ, ਬੇਪਰਦ ਕਰਨੀ ਹੈ, ਇਸੇ ਦੇ ਨਾਲ ਨਾਲ ਹੀ ਤੁਹਾਡਾ ਆਰਥਿਕ ਲੱਕ ਵੀ ਤੋੜਨਾ, ਔਰ ਤੁਹਾਨੂੰ ਸਮਝ ਵੀ ਨਹੀਂ ਆਉਣਾ ਔਰ ਆ ਵੀ ਨਹੀਂ ਰਿਹਾ। ਮੈਂ ਦੇਖਿਆ ਕਿਸੇ ਕਿਸਾਨ ਨੂੰ ਨਹੀਂ ਸੀ ਪਤਾ ਕਿ ਬਈ ਪਿਛਲੇ 2 ਸਾਲਾਂ ਵਿੱਚ ਸਾਡੀ 15% ਫਸਲ ਘੱਟ ਖਰੀਦੀ ਗਈ। ਬੜਾ ਵੱਡਾ ਮੁੱਦਾ ਜੇ, ਇਹ ਛੋਟੇ ਮੁੱਦੇ ਨਹੀਂ ਹੈ। ਅਤੇ ਹੌਲੀ ਹੌਲੀ ਜੇ ਅਗਲੀ ਵਾਰੀ ਮੋਦੀ ਆ ਗਿਆ, ਉਹਨੇ ਇਹ ਸਾਰਾ ਚੀਜ਼ ਭਾਰ ਉਤਾਰਾ ਕਰ ਦੇਣਾ, ਇਹ ਵੀ ਗੱਲ ਮੰਨ ਕੇ ਚੱਲਿਆ ਜੇ। ਹੁਣ ਆ ਜਾਓ ਤੀਸਰੀ ਚੀਜ਼ ਮੈਂ ਉਹਨਾਂ ਨੂੰ ਪੁੱਛੀ, ਮੈਂ ਕਿਸਾਨਾਂ ਨੂੰ ਪੁੱਛਿਆ ਵੀ ਇਹਦੇ 'ਚੋਂ ਮੈਨੂੰ ਇਹ ਦੱਸੋ ਕਿ ਨਿਰੋਲ ਪੰਜਾਬ ਦੀਆਂ ਮੰਗਾਂ ਕਿਹੜੀਆਂ ਨੇ। ਉੱਥੇ ਕਿਸਾਨ ਚੁੱਪ ਨੇ। ਮੈਂ ਤੁਹਾਨੂੰ ਵੀਡੀਓ ਵੀ ਦਿਖਾ ਦਿੰਦਾ ਇਹਦੇ 'ਚੋਂ, ਕਿਉਂਕਿ ਇਹ ਬੇਪਰਦਾ ਕਰਨ ਵਾਲੀ ਗੱਲ ਨਹੀਂ ਹੈ। ਆਖਿਰ ਪੰਜਾਬ ਦੀਆਂ ਮੰਗਾਂ ਅਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਗੱਲ ਕਰਦੀਆਂ? ਹੁਣ ਪੰਜਾਬ ਦੀਆਂ ਕਿਹੜੀਆਂ ਮੰਗਾਂ ਨੇ? ਗੱਲ ਨੂੰ ਪਹਿਲਾਂ ਸੁਣਿਆ ਜੇ, ਸਪਸ਼ਟ ਹੋਇਆ ਜੇ। ਮੈਂ ਕਿਸਾਨਾਂ ਨਾਲ ਉੱਥੇ ਜਾ ਕੇ ਗੱਲਬਾਤ ਕੀਤੀ ਹੈ, ਗਰਾਊਂਡ ਜ਼ੀਰੋ ਰਿਪੋਰਟ ਹੈ, ਉਹਨਾਂ ਨਾਲ ਉੱਥੇ ਬੈਠ ਕੇ ਗੱਲਾਂ ਹੋਈਆਂ ਨੇ, ਖੜ੍ਹ ਕੇ ਗੱਲਾਂ ਹੋਈਆਂ ਨੇ। ਆ ਤੁਸੀਂ ਸੁਣੋ ਕਿ ਕਿਸਾਨ ਕੀ ਕਹਿੰਦੇ ਨੇ। ਪੰਜਾਬ ਦੇ ਕਿਸਾਨ ਜਦੋਂ ਵੀ ਅੰਦੋਲਨ ਕਰਦੇ ਨੇ, ਪੰਜਾਬ ਵਿੱਚ ਪਾਣੀ ਦੇ ਮੁੱਦਿਆਂ ਨੂੰ ਕਿਉਂ ਨਹੀਂ ਚੁੱਕਦੇ? ਤੁਹਾਡੀ ਕਿਸੇ ਕਿਸਾਨ ਯੂਨੀਅਨ ਦੀ ਕਿਸੇ ਵੀ ਡਿਮਾਂਡ ਵਿੱਚ ਪੰਜਾਬ ਦੇ ਪਾਣੀ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ, ਜਦਕਿ ਪੰਜਾਬ ਵਿੱਚ ਤੁਹਾਨੂੰ ਪਤਾ ਪਾਣੀ ਦੀ ਕੀ ਹਾਲਤ ਹੈ। ਜੇ ਤੁਹਾਡੀ ਮੰਗ ਇਹ ਹੋਏ ਕਿ ਸਾਨੂੰ 0 ਟਿਊਬਵੈੱਲ ਸਿੰਚਾਈ ਚਾਹੀਦੀ ਹੈ, ਨਹਿਰੀ ਅਤੇ ਦਰਿਆ ਦੇ ਪਾਣੀ ਦੀ ਮੰਗ ਕਰੋ, ਉਹ ਤੁਸੀਂ ਕਿਉਂ ਨਹੀਂ ਕਰਦੇ? 0 ਟਿਊਬਵੈੱਲ ਦੀ ਪਾਲਿਸੀ ਕਿਉਂ ਨਹੀਂ ਅਪਣਾਉਂਦੇ, ਜਿਹੜੀ ਕਿ ਪੰਜਾਬ ਦੀ ਰੀੜ੍ਹ ਦੀ ਹੱਡੀ ਹੈ? ਇਹ ਗੱਲ ਕਲੀਅਰ ਆ, ਤੁਹਾਡੀ ਗੱਲ ਨਾਲ ਸਹਿਮਤ ਆ। ਜਿਹੜੇ ਨਵੇਂ ਮੁੱਦੇ ਆਉਂਦੇ ਅਸੀਂ ਉਹਨਾਂ ਦੇ ਮਗਰ ਭੱਜਦੇ ਹੈਗੇ ਹਾਂ, ਜਿਹੜੇ ਪੁਰਾਣੇ ਮੁੱਦੇ ਅਸੀਂ ਉਹਨਾਂ ਨੂੰ ਵਿਸਾਰ ਦਿੰਦੇ ਹਾਂ। ਪਾਣੀ ਦਾ ਮੁੱਦਾ ਜਿਹੜਾ ਹੈਗਾ ਸਟਾਰਟਿੰਗ ਦੇ ਵਿੱਚ ਹੈ ਹੀ ਪਾਣੀ ਦਾ ਮੁੱਦਾ, ਅਸਲ ਜਿੰਦ ਆਈ ਹੈ ਜੀ ਪੰਜਾਬ ਦੀ। ਹਾਂ, ਕਿਉਂਕਿ ਜਿਹੜੀ ਸਾਡੀ ਮਤਲਬ ਜ਼ਮੀਨ ਆ, ਸਰ ਜ਼ਮੀਨ ਹੈਗੀ ਆ, ਇਹ ਖੇਤੀ ਸੂਬਾ ਪ੍ਰਧਾਨ ਆ ਅਤੇ ਪਾਣੀ ਨਾਲ ਲਿੰਕਡ ਆ ਜੀ। ਅਤੇ ਜੇ ਪਾਣੀ ਰਹੇਗਾ ਤਾਂ ਫਿਰ ਕੁਛ ਵੀ ਨਹੀਂ ਰਹੇਗਾ। ਅਸੀਂ ਜਿਹੜੇ ਨਵੇਂ ਨਵੇਂ ਕਾਨੂੰਨ ਆ ਰਹੇ ਆ ਜਾਂ ਨਵੀਆਂ ਗੱਲਾਂ ਆਉਂਦੀਆਂ, ਅਸੀਂ ਉਹਦੇ ਮਗਰ ਭੱਜਦੇ ਹੈਗੇ ਹਾਂ। ਇਹ ਕਮੀਆਂ ਸਾਡੀਆਂ, ਅਤੇ ਜਿਹੜਾ ਵੱਡਾ ਮੁੱਦਾ ਸਾਡਾ ਉਹ ਪਾਣੀ ਦਾ ਮੁੱਦਾ ਹੀ ਆ। ਅਤੇ ਅਸੀਂ ਆਸ ਰੱਖਦੇ ਹਾਂ ਜੀ ਆਪਣੇ ਆਗੂਆਂ ਨੂੰ ਕਹੋ ਕਿ ਪਾਣੀ ਦਾ ਮੁੱਦਾ ਚੁੱਕਣ ਅਤੇ 0 ਟਿਊਬਵੈੱਲ ਸਿੰਚਾਈ ਵਾਲੇ ਪਾਸੇ ਜਾਓ। ਜਿਹੜੀ 8,000 ਕਰੋੜ ਰੁਪਏ ਤੁਹਾਨੂੰ ਵਾਰ ਵਾਰ ਕਿਹਾ ਜਾਂਦਾ ਜੀ ਕਿ ਬਿਜਲੀ ਵਿੱਚ ਅਸੀਂ ਸਬਸਿਡੀ ਦੇ ਰਹੇ ਹਾਂ, ਤੁਸੀਂ ਕਹੋ ਜੀ ਸਾਨੂੰ 8,000 ਕਰੋੜ ਦੀ ਸਬਸਿਡੀ ਨਹੀਂ ਚਾਹੀਦੀ, ਸਾਨੂੰ ਆਪਣੇ ਦਰਿਆਵਾਂ ਦਾ ਅਤੇ ਨਹਿਰਾਂ ਦਾ ਪਾਣੀ ਚਾਹੀਦਾ, 0 ਟਿਊਬਵੈੱਲ ਸਿੰਚਾਈ ਕਰਨੀ ਹੈ। ਨਹਿਰੀ ਪਾਣੀ ਵੀ ਤੁਹਾਡਾ ਜਰਖੇਜ ਹੈ ਜੀ, ਉਹਦੇ ਸਾਰੇ ਤੱਤ ਨੇ, ਦਰਿਆ ਦੇ ਪਾਣੀ ਸਾਰੇ ਤੱਤ ਨੇ, ਤੇ ਅਸੀਂ ਆਪਣਾ ਧਰਤੀ ਬੰਜਰ ਬਣਾ ਰਹੇ ਹਾਂ। ਮੇਰੀ ਇਹ ਬੇਨਤੀ, ਤੁਸੀਂ ਮੰਗੋ ਦਰਿਆ ਦਾ ਪਾਣੀ, ਸਾਨੂੰ ਪਾਣੀ ਚਾਹੀਦਾ। ਉਹਦੇ ਪਿੱਛੇ ਅਸੀਂ ਜੋ ਵੀ ਮੁਆਵਜ਼ਾ ਬਣਦਾ ਸਰਕਾਰ ਰਿਐਲਟੀ ਲੈਂਦੀ ਹੈ, ਉਹ ਵੀ ਦੇਣ ਨੂੰ ਤਿਆਰ ਆ ਜੀ। ਉਹਦੇ ਨਾਲ ਸਾਡੀ ਆਉਣ ਵਾਲੀ ਨਸਲਾਂ ਵਾਸਤੇ ਥੱਲੇ ਦਾ ਪਾਣੀ ਬਚੇਗਾ ਅਤੇ ਸਾਡੀ ਧਰਤੀ ਇਸ ਤੋਂ ਵੀ ਜ਼ਿਆਦਾ ਉਪਜਾਊ ਹੋ ਗਈ ਅਤੇ ਖਾਦਾਂ ਦੀ ਸਾਨੂੰ ਘੱਟ ਲੋੜ ਪਈ। ਬਹੁਤ ਮਿਹਰਬਾਨੀ। ਜਦੋਂ ਸਾਨੂੰ ਨਹਿਰੀ ਪਾਣੀ ਬਿਜਲੀ ਫ੍ਰੀ ਦੇਈ ਗਈ ਹੈ, ਇੱਕ ਪਲਾਨ ਦੇ ਤਹਿਤ ਦੇਈ ਗਈ ਹੈ,
ਕਿਉਂ ਜਦੋਂ ਤੋਂ ਸਾਨੂੰ ਬਿਜਲੀ ਫ੍ਰੀ ਮਿਲ ਗਈ ਅਸੀਂ ਨਹਿਰੀ ਪਾਣੀ ਤੇ ਆਪਣਾ ਹੱਕ ਜਿਤਾਉਣਾ ਖਤਮ ਕਰਤਾ, ਕਿਉਂਕਿ ਅੱਜ ਤੋਂ 25-30 ਸਾਲ ਪਿੱਛੇ ਜਾਈਏ ਆਪਾਂ 50% ਜ਼ਮੀਨ ਤੇ ਨਹਿਰੀ ਪਾਣੀ ਨਾਲ ਸਿੰਚਾਈ ਹੁੰਦੀ ਸੀ, ਅੱਜ 2-3% ਤੇ ਰਹਿ ਗਈ। ਬਿਲਕੁਲ ਜੀ, ਠੀਕ ਹੈ ਜੀ। ਉਹ ਸਾਨੂੰ ਇੱਕ ਇਹਨਾਂ ਨੇ ਲੋਲੀਪੋਪ ਦੇ ਕੇ ਵੀ ਤੁਹਾਨੂੰ ਬਿਜਲੀ ਫ੍ਰੀ ਕੀਤਾ, ਸਾਡੇ ਤੇ ਆਸਾਨ ਕਰਤਾ ਵੀ ਤੁਹਾਨੂੰ ਬਿਜਲੀ ਫ੍ਰੀ ਦਿੱਤੀ ਕਿਸਾਨਾਂ ਨੂੰ, ਦੂਜਾ ਸਾਡੇ ਤੋਂ ਨਹਿਰੀ ਪਾਣੀ ਖੋਲਿਆ ਜਿਹੜਾ ਸਾਡੇ ਵਾਸਤੇ, ਜੇ ਫਸਲ ਬੋਰ ਦੇ ਪਾਣੀ ਨਾਲ ਕਰੀਏ ਤਾਂ ਜੇ ਏਕੜ ਦੀ 25 ਕੁਇੰਟਲ ਹੁੰਦੀ ਹੈ ਤਾਂ ਨਹਿਰੀ ਪਾਣੀ ਨਾਲ 27-30 ਕੁਇੰਟਲ ਤੱਕ ਵੀ ਫਸਲ ਜਾਏਗੀ। ਨਹਿਰੀ ਪਾਣੀ ਦਾ ਇੰਨਾ ਫਰਕ ਹੈ, ਨਾਲ ਖਾਦਾਂ ਦਾ ਖਰਚਾ ਵੀ ਬਚਦਾ ਜੀ, ਸਪਰੇ ਦਾ ਖਰਚਾ ਵੀ ਬਚਦਾ, ਬੜੇ ਖਰਚੇ ਬਚਦੇ। MSP ਗਰੰਟੀ ਕਾਨੂੰਨ ਅਸੀਂ ਇਸ ਕਰਕੇ ਤਾਂ ਮੰਗਦੇ ਹਾਂ ਕਿਉਂਕਿ ਸਾਡਾ ਖੇੜਾ ਜੀਰੀ ਤੋਂ ਛੁੱਟੂਗਾ, ਅਸੀਂ ਤਾਂ ਜੀਰੀ ਤੋਂ ਛੱਡਣ ਲਈ ਤਿਆਰ ਹਾਂ, ਸਾਨੂੰ ਦਾਲਾਂ ਦਾ ਪੂਰਾ ਮੁੱਲ ਮਿਲੂਗਾ। ਦੇਖੋ ਭਾਅ ਜੀ, ਮੈਂ ਗੱਲ ਕਰਦਾ ਨਿਰਪੱਖ ਜਿਹੀ, ਤੁਹਾਨੂੰ ਕਹਿ ਦਿੰਦੇ ਨੇ ਜੀਰੀ ਛੱਡੋ, ਅਤੇ ਭਾਰਤ ਸਰਕਾਰ ਹਰ ਮੁੱਖ ਮੰਤਰੀ ਨੂੰ ਕਹਿੰਦੀ ਹੈ ਜਿਹੜੀ ਚੀਜ਼ ਤੁਹਾਡੇ ਤੋਂ ਲੁਕੋ ਲਈ ਜਾਂਦੀ ਹੈ ਕਿ ਪੰਜਾਬ ਵਿੱਚ ਜੀਰੀ ਵੱਧ ਤੋਂ ਵੱਧ ਲਵਾਓ, ਸਾਨੂੰ ਲੋੜ ਹੈ। ਇਹ ਗੱਲ ਤਾਂ ਆਪਾਂ ਨੂੰ ਇਹ ਚੀਜ਼ਾਂ ਬੜੀਆਂ ਸਪਸ਼ਟ ਜੇ ਨਹੀਂ ਸਾਨੂੰ ਜੀ, ਤੁਹਾਨੂੰ 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 ਮਤਲਬ ਹਰ ਤਰੀਕੇ ਨਾਲ ਸ਼ੋਸ਼ਣ ਕੀਤਾ ਜਾ ਰਿਹਾ, ਓਹਲੇ 'ਚ ਰੱਖ ਕੇ ਪੰਜਾਬ ਦਾ ਸ਼ੋਸ਼ਣ ਤਾਂ ਹੋਇਆ ਜੀ, ਜੀ ਅੱਜ ਤੋਂ ਨਹੀਂ ਹੋਇਆ, ਜਦੋਂ ਹੀ ਹਰੀ ਕ੍ਰਾਂਤੀ ਸ਼ੁਰੂ ਹੋਈ ਉਦੋਂ ਤੋਂ ਹੀ ਹੋ ਰਿਹਾ, ਸ਼ੁਰੂ ਹੋਣਾ ਹੋ ਗਿਆ। ਬਿਲਕੁਲ, ਕਿਉਂਕਿ ਚਾਵਲ ਸਾਡੀ ਰਵਾਇਤੀ ਖੇਤੀ ਨਹੀਂ ਹੈ, ਨਾ ਪੰਜਾਬ ਦੀ ਖੇਤੀ ਨਹੀਂ ਹੈ, ਅਸੀਂ ਦਾਲਾਂ ਪੈਦਾ ਕਰਦੇ ਸੀ, ਤਿਲ ਪੈਦਾ ਕਰਦੇ ਸੀ, ਇਹੋ ਜਿਹੀਆਂ ਚੀਜ਼ਾਂ ਪੈਦਾ ਕਰਦੇ ਸੀ, ਉਸ ਟਾਈਮ ਅਸੀਂ ਸੁਖੀ ਸੀ। ਸਾਡੇ ਜਿਹੜੀ ਥੋਪੀ ਹੈ, ਹਿੰਦੁਸਤਾਨ ਭੁੱਖਾ ਮਰਦਾ ਸੀ ਉਹਦਾ ਢਿੱਡ ਭਰਨ ਵਾਸਤੇ, ਅਸੀਂ ਇੰਨੇ ਮਿਹਨਤੀ ਸੀ, ਅਸੀਂ ਇੰਨੀ ਉਪਜ ਪੈਦਾ ਕਰਤੀ ਕਿ ਅੱਜ ਹਿੰਦੁਸਤਾਨ ਕੋਲ ਅਨਾਜ ਹੈ, ਕੋਈ ਆਪਣਾ ਢਿੱਡ ਭਰ ਸਕਦਾ ਹੈ। ਪਰ ਇਹ ਵੀ ਘੱਟ ਕੁਛ ਚੈਨਲ ਦਿਖਾਇਆ ਜਾ ਰਿਹਾ ਵੀ ਹਿੰਦੁਸਤਾਨ ਕੋਲ ਸਰਪਲਸ ਅਨਾਜ ਹੈ, ਬਿਲਕੁਲ ਸਰਪਲਸ ਕੋਈ ਨਹੀਂ ਹੈਗਾ ਜੀ, ਸਭ ਝੂਠ ਬੋਲ ਰਹੇ ਨੇ। ਅਸੀਂ ਮੈਂ ਇਮਾਨਦਾਰੀ ਨਾਲ ਕਹਿੰਦਾ ਜੀ, ਤੁਸੀਂ ਸਾਰੇ ਪੰਜਾਬ ਦੇ ਜ਼ਮੀਂਦਾਰ ਖੜ੍ਹੇ ਹੋ, ਅਗਰ ਪੰਜਾਬ ਦੋ ਫਸਲਾਂ ਸਿਰਫ ਆਪਣੇ ਘਰ ਜੋਗੀਆਂ ਬੀਜ ਲਏ, ਆਪਣੇ ਖਰਚੇ ਪੂਰੇ ਕਰਨ ਵਾਸਤੇ ਮੰਡੀ 'ਚ ਨਾ ਲੈ ਕੇ ਆਏ, ਤੁਸੀਂ ਭਾਰਤ ਦੀਆਂ ਤੁਸੀਂ ਦੇਖੋ ਚੀਕਾਂ ਨਿਕਲਦੀਆਂ, ਦੇਖੋ ਸਿਰਫ ਦੋ ਫਸਲਾਂ। ਤੁਹਾਡੇ ਸਾਹਮਣੇ ਪੋਜੀਸ਼ਨ ਸਪਸ਼ਟ ਹੈ। ਮੈਂ ਹੁਣ ਇੱਕ ਗੱਲ ਹੋਰ ਕਰਨਾ ਚਾਹੁੰਦਾ ਕਿ ਆਓ ਪੰਜਾਬ ਦੀਆਂ ਕਿਸਾਨੀ ਮੰਗਾਂ ਨੂੰ ਕਲੀਅਰ ਕਰੀਏ, ਕਲੀਅਰ ਕ੍ਰਿਸਟਲ ਕਰਕੇ ਆਪਣੇ ਦਿਮਾਗ ਵਿੱਚ ਬਿਠਾਈਏ, ਇਹਨਾਂ ਗੱਲਾਂ ਨੂੰ ਘੱਟੋ ਘੱਟ ਸਾਰੇ ਕਿਸਾਨਾਂ ਤੱਕ ਪਹੁੰਚਾਉਣ ਲਈ ਵੀਡੀਓ ਫਿਰ ਸ਼ੇਅਰ ਕਰਦੇ ਰਹੋ, ਨਾਲ ਦੇ ਨਾਲ ਕਹੀ ਜਾਓ ਕਿ ਸੁਣੀ ਜਾਓ। ਤੈਨੂੰ ਹਟਾ ਦਿੱਤੀ ਜਾਣੀ ਹੈ ਸਰਕਾਰ ਵੱਲੋਂ, ਮੈਨੂੰ ਪਤਾ ਵੀਡੀਓ, ਤੈਨੂੰ ਸੇਵ ਜ਼ਰੂਰ ਕਰ ਲਿਆ ਜੇ ਆਪਣੇ ਕੋਲ, ਤਾਂ ਜੋ ਤੁਹਾਡੇ ਹੱਕ ਤੁਹਾਡੇ ਪ੍ਰਤੀ ਸੁਚੇਤਤਾ ਨਾਲ ਹਮੇਸ਼ਾ ਰਹਿਣ ਅਤੇ ਤੁਸੀਂ ਉਹਨਾਂ ਨੂੰ ਸੁਣ ਸਕੋ। ਪੰਜਾਬ ਦੀ ਪਹਿਲੀ ਕਿਸਾਨੀ ਮੰਗ ਹੈਗੀ ਆ, ਅਤੇ ਪੰਜਾਬ ਦੀ ਧਰਤੀ ਦੀ ਵੀ ਅਤੇ ਆਮ ਪੰਜਾਬੀ ਦੀ ਵੀ, ਜਿਹੜਾ ਕਿਸਾਨ ਨਹੀਂ ਆ ਉਹਦੀ ਵੀ ਪਹਿਲੀ ਮੰਗ ਹੈਗੀ ਹੈ ਕਿ ਸਾਨੂੰ ਜੀਰੋ ਟਿਊਬਵੈੱਲ ਨੀਤੀ ਚਾਹੀਦੀ ਹੈ, ਸਿੰਚਾਈ ਨੀਤੀ ਅਤੇ ਹੋਰ ਨੀਤੀ, ਜੀਰੋ ਟਿਊਬਵੈੱਲ ਨੀਤੀ ਚਾਹੀਦੀ ਹੈ, ਪੰਜਾਬ ਨੂੰ ਟਿਊਬਵੈੱਲ ਨਹੀਂ ਚਾਹੀਦਾ। ਇਸ 'ਤੇ ਕੰਮ ਕਰੋ, ਨਾਰਾ ਦਿਓ ਜੀਰੋ ਟਿਊਬਵੈੱਲ ਨੀਤੀ ਅਪਣਾਓ। ਹੁਣ ਜੀਰੋ ਟਿਊਬਵੈੱਲ ਨੀਤੀ ਕੀ ਹੋਏ? ਪਹਿਲੀ ਇਹ ਹੋਏ ਕਿ ਧਰਤੀ ਹੇਠੋਂ ਅਸੀਂ ਪਾਣੀ ਨਹੀਂ ਕੱਢਣਾ, ਅਤੇ ਫਿਰ ਕਿਸਾਨ ਨੂੰ ਪਾਣੀ ਕਿੱਥੇ ਮਿਲੇ? ਉਸ ਵਾਸਤੇ ਤੁਸੀਂ ਦੂਸਰਾ ਆਪਣੀ ਮੰਗ ਰੱਖੋ, ਨੀਤੀ ਬਣਾਓ ਕਿ ਸਾਨੂੰ 100% ਪਾਣੀ ਦਰਿਆਵਾਂ ਦਾ ਅਤੇ ਨਹਿਰਾਂ ਦਾ ਚਾਹੀਦਾ। ਪਾਰਟੀਸ਼ਨ ਵੇਲੇ ਵੀ 47 ਤੋਂ ਬਾਅਦ ਸਾਨੂੰ ਜਿਹੜੇ ਦਰਿਆਵਾਂ ਦੇ ਪਾਣੀ ਮਿਲਦੇ ਸੀ ਉਹ ਦਰਿਆ ਹੀ ਸੁਕਾ ਦਿੱਤੇ ਗਏ। ਨਹਿਰਾਂ ਬੜੇ ਕਹਿੰਦੇ ਨੇ ਜੀ ਪੰਜਾਬ ਵਿੱਚ ਐਨ, ਬੜੇ ਵਿਦਵਾਨ ਵੀ ਜਿਹੜੇ ਤੁਹਾਡੇ ਵਿਦਵਾਨ ਬਣ ਕੇ ਨੈਸ਼ਨਲ ਔਰ ਇੰਟਰਨੈਸ਼ਨਲ ਚੈਨਲਾਂ 'ਤੇ ਬੋਲਦੇ ਨੇ, ਉਹ ਵੀ ਕਹਿੰਦੇ ਨੇ ਪੰਜਾਬ ਵਿੱਚ ਤਾਂ ਨਹਿਰਾਂ ਦਾ ਜਾਲ ਵਿਛਿਆ ਹੋਇਆ ਅਤੇ ਤੁਹਾਨੂੰ ਨਹਿਰੀ ਪਾਣੀ ਸਿਰਫ 10-13% ਮਿਲ ਰਿਹਾ। ਤੁਸੀਂ ਆਪ ਜਾਣਦੇ ਹੋ ਕਿ ਸਾਰੀਆਂ ਟੇਲਾਂ ਤੁਸੀਂ ਆਪ ਪਾ ਚੁੱਕੇ ਹੋ।
ਹੁਣ ਜੇ ਟੇਲਾਂ ਕਢਾ ਵੀ ਲੈਂਦੇ ਨੇ ਤਾਂ ਟੇਲ ਤੱਕ ਕਦੇ ਪਾਣੀ ਨਹੀਂ ਆਉਂਦਾ, ਅਤੇ ਇਹ ਪਾਣੀ ਇਹ ਨਹਿਰਾਂ ਉਸ ਵੇਲੇ ਬਣੀਆਂ ਸਨ ਜਿਸ ਵੇਲੇ ਪੰਜਾਬ ਦੀ ਹਾਲੇ ਸਿੰਚਾਈ ਅਤੇ ਖੇਤੀ ਵਾਹੀ ਉਹ ਜ਼ਮੀਨ ਇੰਨੀ ਜ਼ਿਆਦਾ ਨਹੀਂ ਸੀ, 50% ਸੀ, ਅਤੇ ਹੁਣ 50% ਹੋਰ ਵੱਧ ਗਈ ਹੈ। ਉਹ ਜਿਹੜੀ 50% ਹੋਰ ਵੱਧ ਗਈ ਹੈ ਉਹਦੀ ਪੂਰਤੀ ਲਈ ਨਹਿਰਾਂ ਕਿੱਥੇ ਵਧਾਈਆਂ ਗਈਆਂ ਨੇ, ਪਾਣੀ ਕਿੱਥੇ ਵਧਾਇਆ ਗਿਆ ਪੰਜਾਬ ਦਾ? ਨਹਿਰੀ ਪਾਣੀ ਦੀ ਸਿੰਚਾਈ ਤੁਹਾਡੇ ਫਸਲ ਦੀ ਪ੍ਰਫੁੱਲਤਾ ਲਈ, ਧਰਤੀ ਨੂੰ ਬਾਂਝ ਹੋਣ ਤੋਂ ਰੋਕਦੀ ਹੈ, ਉਹਦੇ ਤੱਤ ਬਣਾਈ ਰੱਖਦੀ ਹੈ, ਧਰਤੀ 'ਚ ਖਾਦ ਘੱਟ ਪੈਂਦੀ ਹੈ, ਕੀਟਨਾਸ਼ਕ ਘੱਟ ਪੈਂਦੇ ਨੇ, ਅਤੇ ਉਸ ਦੀ ਤਾਕਤ ਅਤੇ ਜਰਖੇਜੀ ਬਰਕਰ ਕੁਦਰਤੀ ਤੌਰ 'ਤੇ ਬਰਕਰਾਰ ਰਹਿੰਦੀ ਹੈ, ਅਤੇ ਫਸਲ ਜਿਵੇਂ ਕਹਿੰਦੇ ਨਾ ਨਰੋਆ ਬੱਚਾ ਜੰਮਣਾ ਚਾਹੀਦਾ, ਨਰੋਈ ਫਸਲ ਕੁਦਰਤੀ ਪਾਣੀ ਨਾਲ ਹੁੰਦੀ ਹੈ। ਤੁਸੀਂ ਉਸ ਤੋਂ ਵਾਂਝੇ ਕਰ ਦਿੱਤੇ ਗਏ ਹੋ। ਇਸ ਲਈ ਜ਼ੀਰੋ ਟਿਊਬਵੈੱਲ ਨੀਤੀ ਨਾਲ ਇਹ ਨੀਤੀ ਜੋੜਨੀ ਜ਼ਰੂਰੀ ਹੈ ਕਿ ਅਸੀਂ ਧਰਤੀ ਹੇਠੋਂ ਪਾਣੀ ਲੈਣਾ ਨਹੀਂ, ਅਤੇ ਸਾਡਾ ਤੁਸੀਂ ਪਾਣੀ ਸਾਡੇ ਦਰਿਆਵਾਂ ਤੋਂ ਪੂਰਾ ਕਰੋ। ਸਰਕਾਰਾਂ ਕਹਿ ਦਿੰਦੀਆਂ ਨੇ ਪੈਸੇ ਨਹੀਂ ਨੇ, ਅਤੇ ਪੈਸੇ ਕਿਉਂ ਨਹੀਂ ਨੇ ਬਈ? ਤੁਸੀਂ ਕਹਿ ਦਿਓ ਜੀ 8000 ਕਰੋੜ ਰੁਪਈਆ ਜਿਹੜਾ ਤੁਸੀਂ ਬਿਜਲੀ 'ਤੇ ਸਬਸਿਡੀ ਦਿੰਦੇ ਹੋ, ਤੁਸੀਂ ਨਹਿਰੀਕਰਨ 'ਤੇ ਲਾ ਦਿਓ, ਸਾਡੀ ਇੱਕ ਇੱਕ ਖੇਤ ਤੱਕ ਪਾਣੀ ਪਹੁੰਚਾ ਦਿਓ, ਸਾਨੂੰ ਬਿਜਲੀ ਨਹੀਂ ਚਾਹੀਦੀ ਤੁਹਾਡੀ, ਕਿਉਂਕਿ ਸਾਨੂੰ ਟਿਊਬਵੈੱਲ ਹੀ ਨਹੀਂ ਚਾਹੀਦੇ। ਦਿਓ ਨਾਰਾ, ਇੱਕ ਟਿਊਬਵੈੱਲ ਇੱਕ ਕਿਸਾਨ ਨੂੰ 5 ਲੱਖ ਦਾ ਵੀ ਪੈਂਦਾ, 7 ਦਾ ਵੀ ਪੈਂਦਾ, ਅਤੇ 10 ਦਾ ਵੀ ਪੈਂਦਾ। ਔਰ ਕਿੰਨੀ ਵਾਰੀ ਤੁਸੀਂ ਉਸ ਵਿੱਚ ਪਾਈਪ ਪਵਾਉਂਦੇ ਹੋ, ਕਿੰਨੀ ਵਾਰੀ ਮੋਟਰਾਂ ਬਦਲਦੇ ਹੋ, ਇਹ ਸਾਰੇ ਖਰਚੇ ਤੁਹਾਡੇ 'ਤੇ ਪੈ ਰਹੇ ਨੇ, ਅਤੇ ਨਹਿਰੇ ਪਾਣੀ ਤੋਂ ਇਹ ਸਾਰੇ ਬਚਦੇ ਨੇ। ਪਹਿਲੀ ਨੀਤੀ ਜ਼ੀਰੋ ਟਿਊਬਵੈੱਲ। ਹੁਣ ਜ਼ੀਰੋ ਟਿਊਬਵੈੱਲ ਨਾਲ ਇੱਕ ਤੀਸਰੀ ਨੀਤੀ ਵੀ ਜੁੜਦੀ ਹੈ, ਉਹ ਹੈ ਕਿ ਜੇ ਅਸੀਂ ਧਰਤੀ 'ਚੋਂ ਪਾਣੀ ਕੱਢਣਾ ਨਹੀਂ ਹੈ ਤਾਂ ਪੰਜਾਬ ਦੀ ਧਰਤੀ ਵਿੱਚ ਪਾਣੀ ਸੁੱਟਿਆ ਵੀ ਨਾ ਜਾਵੇ। ਇਹ ਬੜਾ ਲਾਜ਼ਮੀ ਜੇ, ਇਹ ਤੁਹਾਡੇ 'ਤੇ ਬਲੇਮ ਲੱਗ ਰਿਹਾ ਜੀ, ਖਾਦਾਂ ਦਾ ਕੀਟਨਾਸ਼ਕਾਂ ਦਾ ਪਾਣੀ ਹੇਠਾਂ ਜਾ ਰਿਹਾ, ਉਹਦੇ 'ਚ ਸਾਈਨਾਈਟ ਆ ਰਿਹਾ, ਸਿਲੀਕੋਨ ਆ ਰਿਹਾ, ਜ਼ਹਿਰੀ ਬਣ ਰਿਹਾ, ਸਭ ਝੂਠੀਆਂ ਗੱਲਾਂ ਜੇ। ਇਹ ਪਾਣੀ ਧਰਤੀ ਦੇ ਹੇਠਾਂ ਵੱਡੇ ਵੱਡੇ ਬੋਰ ਕਰਕੇ ਸ਼ਰਾਬ ਫੈਕਟਰੀਆਂ ਸੁੱਟਦੀਆਂ ਪਈਆਂ ਨੇ, ਗੰਨਾ ਮਿੱਲਾਂ ਸੁੱਟਦੀਆਂ ਪਈਆਂ ਨੇ, ਇਲੈਕਟ੍ਰੋਪਲੇਟਿੰਗ ਕਾਰਖਾਨੇ ਸੁੱਟਦੇ ਪਏ ਨੇ, ਸਟੀਲ ਦੇ ਕਾਰਖਾਨੇ ਸੁੱਟਦੇ ਪਏ ਨੇ, ਆਪਣੇ ਕੱਪੜਿਆਂ ਦੇ ਕਾਰਖਾਨੇ ਸੁੱਟਦੇ ਪਏ ਨੇ, ਰੰਗ ਦੇ ਕਾਰਖਾਨੇ ਸੁੱਟਦੇ ਪਏ ਨੇ। ਇਹ ਸਾਰੇ ਹੀ ਬਿਨਾਂ ਫਿਲਟਰ ਕੀਤੇ ਪਾਣੀ ਸੌਖਾ ਜਿਹਾ ਢੰਗ ਇਹਨਾਂ ਨੇ ਅਪਣਾਇਆ ਹੋਇਆ। ਪੰਜਾਬ ਪੋਲੂਸ਼ਨ ਬੋਰਡ ਨੂੰ ਅਤੇ ਆਪਣੇ ਅਧਿਕਾਰੀਆਂ ਨੂੰ ਵੀ ਅਤੇ ਪੋਲੀਟੀਸ਼ੀਅਨ ਨੂੰ ਵੀ ਰਿਸ਼ਵਤ ਦਿਓ, ਬੋਰ ਕਰਾਓ ਅਤੇ ਪਾਣੀ ਅੰਦਰ ਸੁੱਟ ਦਿਓ, ਅਸੀਂ ਕੀ ਕਰਨਾ ਹੋਰ ਖਰਚੇ ਕਰਕੇ। ਅਤੇ ਇਹ ਨੀਤੀ ਨਾਲ ਇਹ ਗੱਲ ਜੋੜਨੀ ਲਾਜ਼ਮੀ ਜੇ ਜ਼ੀਰੋ ਟਿਊਬਵੈੱਲ ਨੀਤੀ ਨਾਲ, ਕਿ ਅਸੀਂ ਉਹ ਵੀ ਸਾਰੇ ਟਿਊਬਵੈੱਲ ਬੰਦ ਕਰਾਵਾਂਗੇ, ਅਤੇ ਉਹ ਟਿਊਬਵੈੱਲ ਪਹਿਲਾਂ ਬੰਦ ਕਰਾਉਣ ਤੁਰ ਪਾਓ, ਆਪਣੇ ਉਦੋਂ ਕਰਿਆ ਜੇ ਜਦੋਂ ਤੁਹਾਨੂੰ ਨਹਿਰੀ ਪਾਣੀ ਦੇਣਾ ਸ਼ੁਰੂ ਹੋ ਜਾਏ। ਅਤੇ ਮੰਤਰੀਆਂ ਦੇ ਪੰਜਾਬ ਸਰਕਾਰ ਦੇ ਧੋਣ 'ਤੇ ਹੱਥ ਪਾ ਲਓ ਕਿ ਸਾਡਾ ਪਾਣੀ ਹੈ, ਸਾਨੂੰ ਚਾਹੀਦਾ, ਵਾਧੂ ਹੋਏਗਾ ਫਿਰ ਭੇਜਾਂਗੇ। ਅੰਦੋਲਨ ਹੈ ਛੇੜਨੇ ਚਾਹੀਦੇ ਨੇ, ਅੰਦੋਲਨ ਨਾ ਥੋੜ੍ਹਾ ਛੇੜਨੇ ਚਾਹੀਦੇ ਨੇ ਕਿ ਪੰਜਾਬ ਬਾਂਝ ਹੋ ਜਾਏ, ਧਰਤੀ ਹੇਠਲਾ ਪਾਣੀ ਵੀ ਮੁੱਕ ਜਾਏ, ਜਿਹੜਾ ਪੀਣ ਯੋਗ ਵੀ ਸਾਡੇ ਕੋਲ ਨਹੀਂ ਬਚਿਆ, ਅਤੇ ਅਸੀਂ ਦੂਸਰਿਆਂ ਦੇ ਢਿੱਡ ਭਰਦੇ ਰਹੀਏ। ਇਹ ਨਹੀਂ ਹੋ ਸਕਦਾ, ਅਸੰਭਵ ਹੈ। ਨੀਤੀ ਹੈ
ਹੁਣ ਇਹ ਇੱਕ ਜੀਰੋ ਟਿਊਬਵੈੱਲ ਨੀਤੀ ਨਾਲ ਦੋ ਨੀਤੀਆਂ ਜੁੜੀਆਂ, ਨਹਿਰੀ ਪਾਣੀ ਦੀ ਅਤੇ ਧਰਤੀ ਹੇਠਾਂ ਅਸੀਂ ਪਾਣੀ ਪਾਉਣ ਵੀ ਨਹੀਂ ਦੇਵਾਂਗੇ ਕਿਸੇ ਵੀ ਮਿਲ ਨੂੰ, ਕਿਸੇ ਨੂੰ ਵੀ ਬੰਦ ਕਰਾਓ। ਹੁਣ ਆ ਜਾਓ ਇਸ ਤੋਂ ਬਾਅਦ ਦੂਸਰੀ ਮੰਗ। ਪਹਿਲੀ ਮੰਗ ਦੇ ਨਾਲ ਦੋ ਚੀਜ਼ਾਂ ਏ ਔਰ ਬੀ ਪੁਆਇੰਟ ਜੁੜਦੇ ਨੇ। ਦੂਸਰੀ ਮੰਗ ਹੈਗੀ ਜੇ ਕਿ ਸਾਨੂੰ ਬੀਜ, ਖਾਦ ਅਤੇ ਕੀਟਨਾਸ਼ਕ ਸ਼ੁੱਧ ਮਿਲਣੇ ਚਾਹੀਦੇ ਨੇ। ਹੁਣ ਇਸ 'ਤੇ ਵੀ ਏ ਬੀ ਸੀ ਲਾ ਲਓ। 100% ਸ਼ੁੱਧਤਾ ਦੀ ਗਰੰਟੀ ਨਾਲ ਮਿਲਣੇ ਚਾਹੀਦੇ ਨੇ ਅਤੇ ਸ਼ੁੱਧਤਾ ਦੀ ਗਰੰਟੀ ਦੀ ਦੇਖ ਰੇਖ ਸਰਕਾਰ ਕਰੇਗੀ। ਸਰਕਾਰ ਕਾਨੂੰਨ ਬਣਾਏ ਕਿ ਜਿਹੜਾ ਵੀ ਟ੍ਰੇਡਰ ਬੀਜ, ਖਾਦ ਅਤੇ ਦਵਾਈ ਵੇਚ ਰਿਹਾ ਉਸ ਦਾ ਬਿੱਲ ਲਾਜ਼ਮੀ ਕੱਟੇ। ਜਿਹੜੇ ਮਾਰਕੇ ਦਾ ਆ ਰਿਹਾ ਉਹ ਕੰਪਨੀ ਦੀ ਉੱਤੇ ਨਾਂ ਲਿਖੇ, ਗਰੰਟੀ ਲਿਖੇ, ਉਸ ਦੀ ਸ਼ੁੱਧਤਾ ਲਿਖੇ, ਬਿੱਲ ਦੇ ਉੱਤੇ ਲਿਖੇ। ਅਤੇ ਉਹ ਜਿਸ ਵੇਲੇ ਖੇਤ ਜਾ ਕੇ ਪੂਰੀ ਨਹੀਂ ਨਿਕਲਦੀ, ਹਾਨੀ ਹੁੰਦੀ ਹੈ ਅਤੇ ਇਸ ਦੇ ਅੰਗੇਸਟ ਇਹ ਕਾਨੂੰਨ ਪੰਜਾਬ ਸਰਕਾਰ ਕਾਨੂੰਨ ਬਣਾ ਸਕਦੀ ਹੈ। ਕੇਂਦਰ ਵੱਲ ਵਧਣ ਦੀ ਲੋੜ ਨਹੀਂ ਹੈਗੀ। ਮੈਂ ਤਾਂ ਤੁਹਾਨੂੰ ਬੇਨਤੀਆਂ ਕਰ ਰਿਹਾ ਕਿ ਪਹਿਲਾਂ ਆਪਣਾ ਆਪ ਤਾਂ ਸੁਧਾਰ ਲਈਏ। ਉਹ ਟ੍ਰੇਡਰ ਨੂੰ 20 ਸਾਲ ਦੀ ਸਜ਼ਾ ਹੋਏਗੀ, ਉਸਦੇ ਲਾਇਸੈਂਸ ਕੈਂਸਲ ਹੋਣਗੇ ਅਤੇ ਉਸ ਦੇ ਪਰਿਵਾਰ ਵਿੱਚੋਂ ਦੁਬਾਰਾ ਉਹ ਕੰਮ ਕੋਈ ਵੀ ਜੀ ਨਹੀਂ ਕਰ ਸਕੇਗਾ। ਉਹਨਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਏਗਾ। ਇੱਕ ਕਾਨੂੰਨ ਹੈ ਲਾਜ਼ਮੀ ਜੇ। ਦੂਸਰਾ ਕਿ ਜਿਹੜੀ ਕੰਪਨੀ ਬਣਾਈ ਜਾਂਦੀ ਹੈ ਤੋ ਉਹ ਆਈ ਹੈ ਨਕਲੀ ਚੀਜ਼, ਉਹ ਕੰਪਨੀ ਪੰਜਾਬ ਵਿੱਚ ਬੈਨ ਹੋ ਜਾਏਗੀ। ਪੰਜਾਬ ਵਿੱਚ ਅੱਗੇ ਤੋਂ ਦਵਾਈ ਨਹੀਂ ਵਿਕ ਸਕੇਗੀ ਅਤੇ ਪੰਜਾਬ ਸਰਕਾਰ ਉਸ ਕੰਪਨੀ ਦਾ ਵੀ ਲਾਇਸੈਂਸ ਕੈਂਸਲ ਕਰਨ ਲਈ ਭਾਰਤ ਸਰਕਾਰ ਨਾਲ ਅਤੇ ਅਦਾਲਤੀ ਕਾਰਵਾਈ ਖੁਦ ਆਪਣੇ ਖਰਚੇ 'ਤੇ ਕਰੇਗੀ। ਇਹ ਚੀਜ਼ ਕਰਨੀ ਬੜੀ ਲਾਜ਼ਮੀ ਜੀ। ਅਤੇ ਤੁਸੀਂ ਵੀ ਅੱਖਾਂ ਬੰਦ ਕਰਕੇ ਇਹ ਨਾ ਕਰ ਲਿਆ ਕਰੋ ਜੀ ਉਹ ਤੁਹਾਡੇ ਕੋਲ ਬੈਠਾ ਟ੍ਰੇਡਰ ਉਹ ਕਹਿ ਦਿੰਦਾ ਨੇ ਲਓ ਜੀ 50 ਸਾਲ ਦੀ ਸਾਡੀ ਦੁਕਾਨ ਹੈ ਜੀ ਪੁਰਖਿਆਂ ਦੀ, ਅਸੀਂ ਕਦੇ ਤੁਹਾਡੇ ਨਾਲ ਕੋਈ ਬੇਈਮਾਨੀ ਕੀਤੀ। ਅੱਖਾਂ ਬੰਦ ਕਰਕੇ ਲੈ ਜਾਓ ਬਸ, ਵਿਸ਼ਵਾਸ ਕਰੋ। ਅਤੇ ਸੱਚੀ ਗੱਲ ਆ ਅਸੀਂ ਵੀ ਅੱਖਾਂ ਬੰਦ ਕਰਕੇ ਹੀ ਲੈ ਆਉਂਦੇ ਹਾਂ ਅਤੇ ਉਹ ਆਪਣੇ ਖੇਤ 'ਚ ਬੇੜਾ ਗਰਕ ਕਰਾ ਲੈਂਦੇ ਹਾਂ। ਅਤੇ ਹੁਣ ਉਹ ਵਿਸ਼ਵਾਸ ਛੱਡ ਦਿਓ, ਅੱਖਾਂ ਖੋਲ੍ਹ ਲਓ, ਉਹਨੂੰ ਕਹੋ ਭਾਈ ਸਾਹਿਬ ਜੀ ਸਾਰਾ ਕੁਛ ਬਿੱਲ 'ਤੇ ਲਿਖ ਕੇ ਦਿਓ, 4 ਪੈਸੇ ਵੱਧ ਦੇ ਦਿਓ, ਕੋਈ ਦਿੱਕਤ ਨਹੀਂ। ਪਰ ਨਾਲ ਆਪਣੀ ਪੰਜਾਬ ਸਰਕਾਰ ਨੂੰ ਮੰਗ ਆਇਆ ਕਰੋ ਕਿ ਖੇਤੀਬਾੜੀ ਲਈ ਸੰਬੰਧਿਤ ਜਿੰਨੇ ਵੀ ਸੰਦ, ਜਿੰਨੀਆਂ ਵੀ ਦਵਾਈਆਂ, ਜਿੰਨੇ ਵੀ ਬੀਜ ਹੈ, ਜੋ ਚੀਜ਼ ਵੀ ਚਾਹੀਦੀ ਹੈ ਉਸ ਨੂੰ ਟੈਕਸ ਮੁਕਤ ਕੀਤਾ ਜਾਏ, ਵੈਟ ਮੁਕਤ ਕੀਤਾ ਜਾਏ, ਕਿਸਾਨਾਂ ਤੋਂ ਨਹੀਂ ਲਿਆ ਜਾਣਾ ਚਾਹੀਦਾ। ਇਹ ਏ ਔਰ ਬੀ ਪੁਆਇੰਟ ਮੰਗ ਨੰਬਰ 2 ਨਾਲ ਜੋੜੋ। ਮੈਂ ਇਸ ਸੰਬੰਧ ਵਿੱਚ ਵੀ ਕਿਸਾਨਾਂ ਨਾਲ ਗੱਲ ਕੀਤੀ, ਕਿਸਾਨ ਉੱਥੇ ਸਹਿਮਤ ਹੋਏ ਕਿ ਹਾਂ ਜੀ ਇਹ ਸਾਡੀ। ਮੈਂ ਉਹਨਾਂ ਨੂੰ ਕਿਹਾ ਆਪਣੇ ਆਗੂਆਂ ਤੱਕ ਪਹੁੰਚਾਓ, ਉੱਥੇ ਜਿਹੜੇ ਮੌਜੂਦ ਕਿਸਾਨ ਸੀ, ਕਿਉਂਕਿ ਉਹ ਕੋਈ ਬਲਾਕ ਪ੍ਰਧਾਨ ਹੈ, ਕੋਈ ਜ਼ਿਲ੍ਹਾ ਪ੍ਰਧਾਨ ਸੀ, ਕੋਈ ਪਿੰਡ ਦਾ ਪ੍ਰਧਾਨ, ਕਮੇਟੀ ਦਾ ਪ੍ਰਧਾਨ ਸੀ, ਸਾਰਿਆਂ ਨੇ ਕਿਹਾ ਜੀ ਅਸੀਂ ਆਪਣੇ ਆਗੂਆਂ ਨਾਲ ਇਹ ਗੱਲਾਂ ਕਰਾਂਗੇ। ਮੈਂ ਆਸ ਰੱਖਦਾ ਕਿ ਕਿਸਾਨ ਅੰਦੋਲਨ ਨਵੇਂ ਮੁਹਾਂਦਰੇ ਨਾਲ ਨਵੀਂ ਦਿਸ਼ਾ ਵੱਲ ਤੁਰੇ, ਜਿਸ ਵਿੱਚ ਪੰਜਾਬ ਆਪਣਾ ਨੁਕਸਾਨ ਨਾ ਕਰਾਏ, ਪੰਜਾਬ ਆਪਣੇ ਨੌਜਵਾਨ ਸ਼ਹੀਦ ਨਾ ਕਰਾਏ, ਪੰਜਾਬ ਟਕਰਾਅ ਦੀ ਨੀਤੀ 'ਚੋਂ ਨਿਕਲੇ ਅਤੇ ਪੰਜਾਬ ਆਪਣੇ ਭਲੇ ਲਈ ਸੋਚਣਾ ਸ਼ੁਰੂ ਕਰੇ, ਜਿਹੜਾ ਕਿ ਅੱਜ ਤੱਕ ਨਹੀਂ ਕੀਤਾ। ਤੁਸੀਂ ਭਾਰਤ ਦਾ ਭਲਾ ਸੋਚੀ ਜਾਂਦੇ ਹੋ, ਭਾਰਤ ਨੇ ਅੱਜ ਤੱਕ ਤੁਹਾਡਾ ਭਲਾ ਨਹੀਂ ਜੇ ਸੋਚਿਆ। ਬੜੀ ਸਪਸ਼ਟ ਅਤੇ ਸਿੱਧੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ।
ਅਤੇ ਆ ਬਾਰਡਰ 'ਤੇ ਖੜ ਕੇ ਕਹਿ ਰਿਹਾ ਕਿ ਆਹ ਜਿਹੜਾ ਮੋਰਚਾ ਹੈਗਾ ਇਹ ਮੋਰਚਾ ਅਤੇ ਆਹ ਜਿਹੜਾ ਬਾਰਡਰ ਬੰਦ ਕੀਤਾ ਹੈ ਇਨਲੀਗਲੀ ਗੈਰ ਕਾਨੂੰਨੀ ਤੌਰ 'ਤੇ ਹਰਿਆਣਾ ਅਤੇ ਕੇਂਦਰ ਸਰਕਾਰ ਨਾਲ ਮਾਨ ਸਰਕਾਰ ਨੇ ਰਲ ਕੇ ਪੰਜਾਬ ਦੀ ਧਰਤੀ ਬੰਦ ਕਰਾਈ ਹੈ। ਇਹ ਇਨਲੀਗਲ ਹੈ, ਅਨਕੋਨਸਟੀਟਿਊਸ਼ਨਲ ਹੈ, ਇਸ ਦੇ ਖਿਲਾਫ਼ ਗੱਲਬਾਤ ਹੋਣੀ ਚਾਹੀਦੀ ਹੈ। ਅੱਜ ਦੀ ਵੀਡੀਓ ਵਿੱਚ ਸਿਰ ਤੁਹਾਡੇ ਨਾਲ ਇੰਨੀ ਗੱਲ ਕਰਨਾ ਚਾਹੁੰਦਾ, ਕੱਲ੍ਹ ਤੁਹਾਡੇ ਨਾਲ ਫਿਰ ਮੁਖਾਤਬ ਹੋਵਾਂਗਾ ਅਤੇ ਕਿਸਾਨਾਂ ਦੇ ਮੁਤਲਕ ਜਿਹੜੀਆਂ ਨੈਸ਼ਨਲ ਇੰਟਰਨੈਸ਼ਨਲ ਮੋਦੀ ਗੋਦੀ ਅਤੇ ਸਰਕਾਰੀ ਪ੍ਰਚਾਰ ਵਿੱਚ ਗਲਤ ਗੱਲਾਂ ਕੀਤੀਆਂ ਜਾ ਰਹੀਆਂ ਨੇ, ਕੱਲ੍ਹ ਉਹਨਾਂ ਦੇ ਜਵਾਬ ਦੇਵਾਂਗਾ। ਅੱਜ ਦੀ ਵੀਡੀਓ ਨੂੰ ਸਵੀਕਾਰ ਕਰਿਆ ਜੇ, ਵੱਧ ਤੋਂ ਵੱਧ ਸ਼ੇਅਰ ਕਰਿਆ ਜੇ, C5 ਪੰਥ ਖਾਲਸਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਜੇ। ਇਹ ਤੁਹਾਡਾ ਆਪਣਾ ਚੈਨਲ ਹੈ, ਤੁਹਾਡੇ ਲਈ ਬੋਲਦਾ ਹੈ। ਪਹਿਲਾਂ C5 ਚੈਨਲ ਸੀ, ਤੁਹਾਡੀਆਂ ਆਵਾਜ਼ਾਂ ਚੁੱਕਦਾ ਸੀ, ਸਰਕਾਰ ਨੇ ਬੈਨ ਕਰ ਦਿੱਤਾ, ਸਾਰਾ ਪ੍ਰਤੀਬੰਧ ਲਾ ਦਿੱਤਾ, ਇਹ ਦੁਬਾਰਾ ਫਿਰ ਬਣਾਉਣਾ ਪਿਆ C5 ਪੰਥ ਖਾਲਸਾ ਚੈਨਲ। ਇਹ ਤੁਹਾਡੀ ਆਵਾਜ਼ ਉਦੋਂ ਤੱਕ ਚੁੱਕਦਾ ਰਹੇਗਾ ਜਦ ਤੱਕ ਸਰਕਾਰ ਇਸ 'ਤੇ ਵੀ ਆਪਣਾ ਪ੍ਰਤੀਬੰਧ ਲਗਾ ਕੇ ਇਹਦੀ ਆਵਾਜ਼ ਬੰਦ ਨਹੀਂ ਕਰਦੀ। ਫਿਰ ਨਵੀਂ ਆਵਾਜ਼ ਲੈ ਕੇ ਜੁੜਾਂਗੇ। ਸੰਗਤ ਲਈ ਹੈ, ਤੁਹਾਡੇ ਲਈ ਹੈ, ਕਿਸਾਨਾਂ ਲਈ ਹੈ, ਤੁਹਾਡੇ 'ਤੇ ਮਾਣ ਹੈ ਕਿ ਤੁਸੀਂ ਫਿਰ ਸਬਸਕ੍ਰਾਈਬ ਕਰਕੇ ਹੱਲਾਸ਼ੇਰੀ ਦਿਓਗੇ। ਆਗਿਆ ਦਿਓ ਆਪਣੇ ਤਿੰਦਰਪਾਲ ਸਿੰਘ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।